ਲੱਕੜਾ ਦੇ ਕੇ ਲੈ ਕੇ ਆ ਮੈਂ ਚੋਰ ਪਟਨਾ ਲੈ ਪਾਣੀ ਪਾ ਦੇ ਮੇਰੇ ਘੇ ਤੋਂ ਕੇਰਾ ਡਾਊਨ 60 ਡਾਊਨ 60 ਕੀ ਹੋਉਂ ਕਰਦੇ ਮੇਰੇ ਆ 60 ਡਾਊਨ ਕਰਦੇ ਕੀ ਹੋ ਗਿਆ ਹੋ ਗਿਆ ਕੀ ਗਿਆ ਰੇਡ ਪੈ ਗਈ ਰੇਡ ਪੈ ਗਈ ਰੇਡ ਕਿਹੜਾ ਹੌਲਦਾਰ ਹੈ ਹੌਲਦਾਰ ਕਿਹੜਾ ਦੱਸਦੇ ਮੈਨੂੰ ਕੋਈ ਹੌਲਦਾਰ ਨਹੀਂ ਖੁਦ ਠਾਣੇਦਾਰ ਆ ਕੌਣ ਆ ਮੈਨੂੰ ਗੱਲ ਦੱਸਦੇ ਮੇਰੇ ਆ ਸਾਲਿਆ ਤੈਕ ਆ ਜੂ ਮੈਨੂੰ ਹੈ ਆ ਵਾ ਪੈ ਜੋ ਪੈ ਜੋ ਪਪਾ ਜੀ ਆਇ ਨਹੀਂ ਕੋਸਦਾ ਹੌਲੀ 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 ਨਹੀਂ ਕਰ ਸਕਦਾ ਪਤਾ ਨਹੀਂ ਕੀ ਚੁੱਕ ਖਾ ਕੇ ਆਉਣਗੇ ਬਾਈ ਜਾਨ ਨਜਲੀ ਕੁੱਟ ਕੀ ਤੋਂ ਖਾ ਕੇ ਆਉਣੀਆਂ ਅਛੀ ਨਹੀਂ ਪਤੀਆ ਮੈਨੂੰ ਲੱਸਨ ਦੀ ਲੋੜ ਨਹੀਂ ਹੈਗੀ ਉਹ ਗੱਡੀ ਗੱਡੀ ਚਾਉਂਦੇ ਸੀ ਗੱਡੀ ਤੇਜਤੀ ਆਉਂਦੇ ਹੋਏ ਮੈਂ ਚਲਾਉਂਦਾ ਸੀ ਕਿਤੇ ਓਖਲੀ ਚੋਹ ਹੋ ਗਿਆ ਮਣਕਾ ਦਬਿਆ ਹੋਇਆ ਸੀ ਪਾਪੇ ਦਾ ਪਹਿਲਾਂ ਬੁੜਕ ਗਏ ਐ ਕੁੜਿਆ ਐ ਕੁੜਿਆ ਕਿਹੜਾ ਕੁੱਟ ਲੂਗਾ ਹੱਥ ਨਹੀਂ ਲਾ ਸਕਦਾ ਕੋਈ ਪਪਾ ਮੈਨੂੰ ਪਤਾ ਤੂੰ ਤਾਂ ਨਿਚਲਾ ਬਹਿ ਜਾ ਤੈਨੂੰ ਵੀ ਜਾਣ ਜੇ ਤੇ ਇਹਦਾ ਤਾਂ ਮੈਨੂੰ ਸਾਰੀਆਂ ਕਰਤੂਤਾਂ ਦਾ ਪਤਾ ਆਪ ਆਕੇ ਆਉਂਦਾ ਸੀ ਜਿਹੜੀ ਆਉਂਦਾ ਸੀ ਇਹਨੂੰ ਵੀ ਕਟਾ ਲਿਆ ਜਾ ਕੇ ਕਟਾ ਲੈ ਮੈਂ ਦੁਬਾਲਾ ਜੇ ਮੈਂ ਕਟਾ ਕੇ ਲਿਆ ਤਾ ਹੋਵੇ ਲੈ ਪਪਾ ਜੀ ਕਟਾ ਕੇ ਲਿਆ ਤਾ ਸੁਣ ਲੈ ਕਟਾ ਕੇ ਕੁੜੀ ਕੁੜੀਆਂ ਮੇਰੀ ਮੇਰੀ ਗੱਲ ਸੁਣ ਭਾਈ ਜੀ ਤੁਸੀਂ ਪੈ ਜੋ ਮੇਰੀ ਗੱਲ ਸੁਣ ਲੈ ਕੁੜੀਏ ਜਦੋਂ ਮੈਂ ਗੇਟ 'ਚ ਬੜਿਆ ਪਹਿਲਾਂ ਤਾਂ ਬੁੜੀ ਜੀ ਮੈਨੂੰ ਕਹਿੰਦੀ ਤੂੰ ਕੌਣਾ ਅੱਛਾ ਮਹਾ ਮਾਨੋ ਦਾ ਨਾਨਾ ਹਾਂ ਬੁੜੀ ਤਾਂ ਬਾਦਾਮ ਪਿਸਤੇ ਗਿਰੀਆਂ ਚੱਕੀ ਫਿਰੇ ਹੱਥ 'ਚ ਠੀਕ ਆ ਬੁੜੀ ਫਿਰ ਸੌਦੀ ਸਪੀਡ ਤੇ ਗਈ ਕੁਰਸੀ ਚੱਕ ਕੇ ਲਈ ਕਹਿੰਦੀ ਇੱਥੇ ਬਹਿ ਕੇ ਖਾਓ ਜੀ ਹੋਰ ਸੌਦੀ ਸਵੀਟ ਨੂੰ ਤਾਂ ਪੀਟੀ ਉਸ ਹੈ ਤੁਰਿਆ ਤਾਂ ਤਾਂ ਸਿੱਧਾ ਜਾਂਦਾ ਨਹੀਂ ਹੈਗਾ ਗੋਡੇ ਤੱਕ ਢਿਸਕੜੀ ਤੁਰਦੀ ਆ ਉਹ ਲੈ ਤੈਨੂੰ ਕੀ ਪਤਾ ਮੈਨੂੰ ਪਤਾ ਜਿਹੜਾ ਨਾਲਤੀ ਮੈਂ ਦਦੋ ਪਤਾ ਲੱਗ ਗਿਆ ਵੀ ਬੱਜੀਆਂ ਦਾ ਪਪਾ ਆ ਗਿਆ ਉਹ ਤਾਂ ਪੱਜੀ ਫਿਰ ਬੁੜੀ ਜੀ ਧਰਤੀ ਸਮਾਨ ਨਾ ਉੱਤੇ ਉਹ ਜੁਬੱਕ ਜੱਪੇ ਜਾਂ ਦੁਕਾਨ ਤੇ ਠੰਡੇ ਵਾਸਤੇ ਪਾਪੇ ਜੀ ਤਾਂ ਨੀਚੇ ਬੱਕਰੀ ਐ ਫਿਰ ਬੁੜੀ ਜੀ ਹੀਲੀਆਂ ਦੰਦੀ ਘਰੇ ਮੈਨੂੰ ਪਤੀ ਹੈ ਵੀ ਉਹਨਾਂ ਨੇ ਛੋਟੀ ਕਿੰਨੀ ਕਿ ਸੇਵਾ ਕਰੀ ਹੈ ਦੱਸਣ ਦੀ ਲੋੜ ਨਹੀਂ ਹੈਗੀ ਜੀ ਜੀ ਆ ਜਾਂਦਾ ਉਹ ਤਾਂ ਮੇਰੀ ਬੇਇੱਜ਼ਤੀ ਕਰਾਉਣ ਵਾਸਤੇ ਉਹ ਤੂੰ ਛੱਤ ਕਾਂ ਬੋਲੀ ਜਾਨੀ ਐ ਬੋਲ ਪੈ ਜੂ ਇਹਦੇ ਤੂੰ ਜਾ ਕੇ ਅੰਬ ਹਲਦੀ ਪਾ ਕੇ ਲੈ ਦੁੱਧ ਚ ਫਰਾਂ ਨੇ ਗੱਜੀ ਜਾਨੀ ਐ ਤੂੰ ਇਹ ਕਿਤੇ ਨਹੀਂ ਇਹ ਦੌਰੋਂ ਪੈਂਦਾ ਸਰਚ ਬੋਲਣ ਨੂੰ ਨਾਲੇ ਕੁੜੀਏ ਗੱਲ ਸੁਣ ਲੈ ਮੇਰੇ ਧਾਮ ਨਾਲ ਇਹ ਤਾਂ ਕੱਲਾ ਉਹਨਾਂ ਦੇ ਬੇੜੇ ਦਾ ਫਰਸ ਪੱਟ ਕੇ ਆਇਆ ਮਾਤਾ ਸੱਤ ਆਲੇ ਫਰਸ ਵੀ ਪੱਟਦੇ ਜਿਹੜਾ ਉਹਨਾਂ ਦੇ ਨਾਂ ਪਰਾਂ ਦਾ ਜਾ ਪਾਇਆ ਤਿੰਨਾਂ ਜੀਆਂ ਪਾਈ ਤੀਆਂ ਉਹ ਖੇਡ ਖੇਡ ਮਾਰ ਆਹ ਤਿੰਨਾਂ ਜੀਆਂ ਤਿੰਨ ਚਾਰ ਤਾਂ ਮੇਰੇ ਕੋਲੇ ਡਿੱਗੀਆਂ ਨੇ ਆ ਕੇ ਬਾਹਰੇ ਭਗ ਜਾ ਤੂੰ ਭਗ ਜਾ ਗੱਪ ਨਾ ਬਿਨਾ ਟੈਰਾਂ ਨੇ ਨਾ ਰੋੜਿਆ ਕਰੋ ਜਾਣਦਿਆ ਕਰੋ ਜਾਣਦਿਆ ਭਗ ਜਾ ਤੂੰ ਭਗ ਜਾ ਕੀ ਤੂੰ ਭਗ ਚੱਲਿਆ ਤੇ ਅੰਬ ਹੱਡੀ ਚੂਹਾ ਨਹੀਂ ਦਵਾਈ ਪਾ ਕੇ ਲੈ ਕੇ ਮੈਂ ਸਮਾਨ ਹੋਰ ਵੀ ਮੰਗਾਇਆ ਹੋਇਆ ਪਪਾ ਜੀ ਵਾਸਤੇ ਚਨੇ ਮੰਗਾਈ ਨੇ ਪੁੰਨੇ ਹੋਏ ਕਾਕੇ ਤੂੰ ਤੈਨੂੰ ਕੀ ਪਤਾ ਸਮਾਨ ਤਾਂ ਹੋਰ ਵੀ ਆਉ ਖਜਾਇ ਖੁਰੜਿਆਂ ਦਾ ਰਸ ਮੰਗਾਇਆ ਪਪਾ ਜੀ ਵਾਸਤੇ ਦੇਖਦੀ ਜਾ ਤੂੰ ਪਪਾ ਜੀ ਇੱਧਰ ਹੋ ਬਮੜਕ ਢੂਲ ਕਰਾਂ ਛੱਟੇ ਤਾਂ ਰੀੜ ਦੀ ਹੱਡੀ ਹੱ ਲੱਗੀ ਛੋਡੀ ਆਹ ਉਹ ਹਰ ਹਰ ਜਾ ਉਹ ਇਹਨੂੰ ਗਰਮਦਾ ਕਰ ਲਿਆ ਠੰਡੇ ਹੀ ਖਸਾਈ ਜਾਣਾ ਪਾਈ ਜਾ ਤਾਂ ਨਿਕਲਾ ਮੈਂ ਤੈਨੂੰ ਕਹੀ ਜਾਣਾ ਪਾਪਾ ਜੀ ਨੇ ਚਲੇ ਪਈ ਦੋ ਤੇਰੀ ਲੋਟ ਹੁਮਾਉਗੇ ਹਾਂ ਵੀ ਥੋੜਾ ਬੇ ਦੋ ਤਿੰਨ ਦਿਨ ਤਾਂ ਦੇਖ ਦੁਖ ਉਪਈ ਮੈਨੂੰ ਤਾਂ ਪਤਾ ਇਹ ਗੱਲ ਦਾ ਓਹੋ ਸਾਰਾ ਤੇ ਕੰਜਰ ਖਾਨਾ ਮੁਕਦਾ ਕਿ ਨਾ ਮਰਜੀ ਕਰੀ ਜਾ ਮਾਣੋ ਅਗਰ ਸੁਣ ਵਈ ਮੇਰੀ ਕਿਤੇ ਤਪਾ ਮਾਰੀ ਕੰਜਰ ਨੇ ਦੱਸਦਾ ਕਿਥੇ ਜਾਂਦਾ ਕਿਥੇ ਆ ਲੋ ਹੂ ਪੀਣਾ ਹਾਂ ਮੰਮੀ ਆਇਆ ਕਰ ਵੀਰ ਹਾਂ ਤੂੰ ਰੋਟੀ ਬਣਾ ਲਈ ਮੈਂ ਤਾਂ ਖੇਤ ਜਾਨੀ ਆ ਕਿਉ ਮੰਮੀ ਤੂੰ ਕੀ ਕਰਨ ਜਾਨੀ ਆ ਖੇਤ ਨਾਲੇ ਤੇਰਾ ਕੀ ਕੰਮ ਆ ਉੱਥੇ ਲੈ ਕਹੀਂ ਤੂੰ ਖੇਤ ਕੀ ਕਰਨ ਜਾਨੀ ਆ ਮੰਮੀ ਮੈਂ ਜੰਮਨਾਂ ਨੂੰ ਰੋਣ ਜਾਨੀ ਆ ਉਹਦੇ ਨੂੰ ਹਾਂ ਜਿੰਨਾਂ ਨੇ ਉਹ ਕੰਜਰ ਸਿਹੜਾ ਕੀ ਮੇਰੇ ਮੂਰੇ ਲਾਇਆ ਤੀਗਾ ਤੇਰਾ ਬਾਪੂ ਤੇਰਾ ਮਾਂ ਖੇਤ ਗਏ ਨੇ ਨਾਲੇ ਉਹ ਹੀ ਗੱਲ ਖੇਤ ਵਾਲਾ ਤਾਂ ਕੱਪੜੇ ਵੀ ਨਹੀਂ ਪਾ ਕੇ ਗਏ ਕੱਪੜੇ ਵਧੀਆ ਪਾ ਕੇ ਗਏ ਨਹੀਂ ਉਸ ਉਸ ਚਾਕੇ ਨਾਲ ਵੇਚ ਦੇਣ ਇਹਨਾਂ ਦੀ ਕੀਟਬਾਰੀ ਆ ਕੰਜਰਾਂ ਦੀ ਮੈਨੂੰ ਤਾਂ ਇਹਨਾਂ ਤੇ ਪੋਰਾ ਤਵਾਰ ਨਹੀਂ ਰਿਹਾ ਆਏਗਾ ਇਹ ਤਾਂ ਕਰਦੇ ਕੁਛ ਨਹੀਂ ਦੱਸਦੇ ਕੁਛ ਨਹੀਂ ਨਾਲੇ ਮੈਂ ਤੈਨੂੰ ਇਹ ਕਹਿੰਦੀ ਸੀ ਜੇ ਮੀਂਹ ਕਣੀ ਆ ਗਿਆ ਕਣਕ ਸੁੱਕਣੀ ਪਾਈ ਪਈ ਹੈ ਵਿਹੜੇ ਚ ਅੰਦਰ ਮੰਜੇ ਕਰਨੀ ਖਿੱਚ ਕੇ ਮੈਂ ਚਾਹ ਫੜਾਇਆ ਮੈਂ ਪੁੱਤੋਂ ਉਹਨਾਂ ਦੀ ਨਾਲੇ ਮੈਂ ਬਹਾਨਣ ਨਾਲ ਦੇਖ ਕੇ ਆਉਂਗੀ ਵੀ ਕੀ ਕਰਦੇ ਨੇ ਚਾਹ ਤਾਂ ਮੈਂ ਕਿਹੜੀ ਫੜਾਉਣੀ ਆ ਪਤਾ ਲੱਗ ਜੂ ਆਪਾਂ ਨੂੰ ਵੀ ਖੇਤ ਕੀ ਕੰਮ ਹੈ ਕੀ ਨਹੀਂ ਨਾਲੇ ਅੰਮ੍ਰੀ ਨੂੰ ਮੇਰੇ ਰੋਟੀ ਬਣਾ ਕੇ ਰੱਖੀ ਰੋਟੀ ਤਾਂ ਉਹ ਠੀਕ ਆ ਮੰਮੀ ਰੋਟੀ ਤਾਂ ਮੈਂ ਬਣਾ ਦੂ ਮੜਾ ਜਾਂ ਮੇਰੇ ਨਾਲ ਭਾਂਡੇ ਭੁੰਡੇ ਮਜ਼ਵਾਜ ਆ ਜਾ ਚੱਲ ਖੜੀ ਹੋ ਕਰਾ ਨਾ ਚਾਹ ਭਾਂਡੇ ਰੋਲੂ ਚ ਮੇਰੇ ਸਾਲੇ ਦਾ ਮਸਾਂ ਤੇ ਆਇਆ ਹੈ ਪਤਲਾ ਲਈ ਚ ਪਾ ਕੇ ਰੱਖਤੀ ਜਵਾਖਾਂ ਦੇ ਡੱਬੇ ਚ ਤਾਂ ਉਹ ਗੱਲ ਹੋ ਗਈ ਕਿਥੇ ਡੱਬਾ ਭੁੱਕੀ ਦਾ ਤਰਿਆ ਬੈਰ ਨਹੀਂ ਲੱਭਦੀਨੀ ਕਿਉਂ ਅਮਲੀ ਨੂੰ ਤੰਗ ਕਰਿਆ ਅਮਲੀ ਨੂੰ ਤੰਗ ਕਰਿਆ ਹੇ ਤੇ ਲੱਗਿਆ ਵੇ ਤੜਕੀ ਝੋਸਣਾ ਤੇਰੇ ਤਾਂ ਐ ਵੀ ਨਹੀਂ ਮੁੱਕਦੇ ਸਾਰੇ ਦਿਨ ਯਾਤ ਨੂੰ ਡੱਫ ਲਿਆ ਕਰ ਤੜਕੇ ਆ ਖਾ ਲਿਆ ਕਰ ਆ ਗਈ ਕਬੇੜੀ ਕੀ ਹੋ ਗਿਆ ਬਾਬੇ ਕੇ ਵਗ ਜਾ ਹੁਣ ਵਗ ਜਨ ਘਰੋਂ ਕੱਢ ਦੇ ਤੂੰ ਇੱਥੇ ਫਿਰਦੀ ਆ ਤੂੰ ਨਹੀਂ ਜਾ ਸਕਦੀ ਨਰੇਗਾ ਚ ਮੈਂ ਨਹੀਂ ਜਾਂਦੀ ਹੈਗੀ ਕਿਉਂ ਸਾਹੂਕਾਰ ਲੱਗਿਆ ਗੱਲ ਸੁਣ ਲਾ ਅੱਗੇ ਵਾਲਾ ਕੰਮ ਨਹੀਂ ਰਿਹਾ ਪਿਛਲੀ ਵਾਰ ਤਾਂ ਮੇਰੇ ਸੜਦੀਏ ਸਾਡੂ ਦੀ ਮੇਰਾ ਸਰਪੰਚ ਰਿਸ਼ਤੇਦਾਰੀ ਮਾਨ ਦਾ ਦੀ ਹਾਜ਼ਰੀ ਕਰੀ ਬੈਠੀ ਦੀ ਪਾਂਦਾ ਸਖਤਾਈਆਂ ਹੋ ਗਈਆਂ ਹੁਣ ਤਾਂ ਹੁਣ ਬਹੁਤ ਮੇਰਾ ਸੜਾ ਤਾਹ ਤੋਂ ਕੁਸਾ ਗਿਆ ਐਨੀ ਬਾਈ ਘਰ ਬਜਦੇ ਮੇਰੀਆਂ ਅੱਖਾਂ ਦੁਖਣੀਆਂ ਆਈਆਂ ਹੋਈਆਂ ਨੇ ਮੈਂ ਜਾਂਦੀ ਜੁੰਦੀ ਕਿਤਾ ਦੇਖਾਂ ਦੇਖਾਂ ਕੀ ਹੋ ਗਿਆ ਡੇਲਾ ਸਹੀ ਜਾਂ ਨਿਕਾਸ ਲਿਆ ਆਹ ਦੇਖ ਲੈ ਲਾਲ ਹੋ ਰਹੀਆਂ ਆਹ ਤੈਨੂੰ ਡੱਬਾ ਤਾਂ ਦੀ ਗਿਆ ਭੁੱਖੀ ਦਾ ਕਾਰਡ ਤਾਂ ਦੀ ਗਿਆ ਏਡੀ ਦੂਰੋਂ ਅੱਖਾਂ ਦੁਖਣੀਆਂ ਆਈਆਂ ਹੋਈਆਂ ਨੇ ਹੈ ਕੱਲਾਂ ਕਰ ਦਵਾਈ ਤਾਂ ਕੀ ਦਵਾਈ ਕਿ ਲਿਓਣੀ ਅੱਗੋਂ ਦੇਖ ਲੈ ਕਿਵੇਂ ਭੌਂਕਦਾ ਬਾਗ ਜਾ ਉਹਨਾਂ ਦੇ ਕੰਮ ਤੇ ਵਗ ਜਾ ਤੂੰ ਬਾ ਗੱਲ ਮੈਂ ਇਤਰਾ ਕਸਾੜਾ ਕੁੱਟ ਦੂੰ ਤੂੰ ਵੱਡੀ ਦੀਰੀਸ ਕਰਦੀ ਐ ਮੇਰੀ ਸਾਲੀ ਦੀ ਹਾਂ ਉਹ ਤਾਂ ਮੈਨੂੰ ਐ ਕਹਿੰਦੀ ਸੀ ਵੀ ਤੇਰਾ ਬਾਈ ਮੈਨੂੰ ਜਾਨ ਨਹੀਂ ਦਿੰਦਾ ਬਾਹਰ ਦੇਖ ਲਾ ਘਰੇ ਬੈਠੀ ਖਾਂਦੀ ਐ ਉਹ ਬਾਈ ਤਾਂ ਮੇਰਾ ਸਾਲਾ ਮੁੱਦਾ ਪਿਆ ਹੁੰਦਾ 5 ਵਜੇ ਜਾਂਦੀ ਐ 10 ਕਰਾਂ ਦਾ ਗੋਹਾ ਸਟਕ ਕੇ ਆਉਂਦੀ ਐ ਉਹ ਵੱਡੀ ਸਾਲੀ ਦੀ ਰੀਸਨਾ ਕਰ ਤੂੰ ਆ ਕੇ ਮਸ਼ੀਨ ਡਾਉਂਦੀ ਹੱਥ ਨੂੰ 2000 ਰੁਪਿਆ ਪਾਉਂਦੀ ਐ ਉਹ ਡੱਬੇ ਚ ਹੈ ਤੂੰ ਮੇਰੇ ਸਾਲੀ ਦੀ ਲਾ ਕੇ ਆਉਣੀ ਐ 10 25 ਮੈਂ ਤਾਂ ਨਹੀਂ ਜਾਂਦੀ ਹੈਗੀ ਤੂੰ ਜਿੰਨਾ ਜ਼ੋਰ ਮਰਜੀ ਲਾ ਲੈ ਠੀਕ ਆ ਮੇਰੀਆਂ ਤਾਂ ਅੱਖਾਂ ਦੁਖਦੀਆਂ ਨੇ ਬੇਵਾ ਮੈਨੂੰ ਤਾਂ ਦੀਂਦਾ ਨਹੀਂ ਹੈਗਾ ਆਥਣੇ ਜੇ ਹਾਜ਼ਰੀ ਲਵਾਇਉਂ ਕੋਈ ਨਹੀਂ ਬੇਵਾ ਕਾਨੂੰ ਹੋਗੀ ਸਰਦਾ ਬਾਈ ਤੇਰਾ ਹੈ ਰਾਤ ਨੂੰ ਮੇਰਾ ਸਾਲਾ ਆਮ ਪਿਆ ਕਰੇ ਮੈਂ ਲਿਆ ਕੇ ਸਿਰਦਾ ਨਾ ਉੱਠ ਖੜੀ ਖਾ ਲੀਆਂ ਪਕਾ ਲੀਆਂ ਪਏਗੀ ਨਾਲ ਹੀ ਢੋਲੀ ਸਰਬਾਲਿਆ ਕਾਂਟੇ ਪਾਲੇ ਮਾਂਜਾ ਦਾ ਮੈਂ ਮਾਰਿਆ ਬੇੜੇ ਚ ਹਜੇ ਇਹ ਕੇ ਮੈਂ ਅਸਬਰ ਬਣਾਉਂ ਜਵਾਖਾ ਨੂੰ ਐ ਬਣਾਏਂਗੀ ਤੂੰ ਅਸਬਰ ਡੱਕਾ ਦਾ ਤੋੜਦੀ ਨਹੀਂ ਤੂੰ ਇੱਕ ਕੰਮ ਕਰਕੇ ਨਾ 20 ਵਾਰੀ ਸੁਣਾ ਦੇਣਾ ਤੂੰ 20 ਵਾਰੀ ਸਾਲੀ ਸੁਣਾਉਣ ਦੀ ਮੈਂ ਜਾਣਾਂ ਕੰਮ ਤੇ ਬਾਬੇ ਕੇ ਜਾਣਾਂ ਮੇਰੇ ਆਉਂਦੇ ਨੂੰ ਨਰੇਗਾ ਚ ਹੋਵੇਂ ਖੇਤ ਨੂੰ ਜਾਉਂ ਜੇ ਨਾ ਤੀ ਕੋ ਇਥੋਂ ਕਢੀ ਸਕੇ ਲੈ ਕੇ ਜਾਉ ਤੈਨੂੰ ਪੈਸੇ ਲਿਆ ਕੇ ਦੇ ਮੈਨੂੰ ਮੈਂ ਤਾਂ ਸਮਾਨ ਲਿਓਣਾ ਔਰ ਨੋ ਤਰਖਤਾਂ ਤੇ ਲੱਗਦੇ ਨੇ ਨਾ ਪੈਸੇ ਸਮਾਨ ਕੀ ਲੈ ਆਏਗੀ ਇਹਨਾਂ ਦਾ ਗੁੜ ਪਿਆ ਚਾਹ ਗੁੜ ਪਿਆ ਸੜੀ ਸਮਾਨ ਦੀ ਹੋਣੀ ਆਪ ਦਾ ਲੈ ਕੇ ਹੋਣਾ ਮੇਕਅਪ ਦਾ ਮੁੱਕਿਆ ਪਿਆ ਮੇਰਾ ਹੋਰ ਗਾਹਾਂ ਜਾਏਗੀ ਤੂੰ ਨਾ ਜ ਮਾਡਲਿੰਗਾਂ ਕਰਨ ਸੜੀ ਜਾਣ ਤੂੰ ਵੀ ਬੋਲੀ ਜਾਂਦਾ ਸਾਰਾ ਦਿਨ ਸੜਿਆ ਹੋਇਆ ਕਾ ਪੱਟਾ ਹੋ ਗਿਆ ਪਤਾ ਨਹੀਂ ਲੈ ਫੜ ਬਾਈ ਵੋਏ ਹੁਣ ਪਾਣੀ ਤੋਂ ਕੀ ਕਰਾਉਣਾ ਦਾਰੂ ਦਾ ਚੜ ਗਈ ਸਾਰੀ ਕਾਤ ਜਗੀ ਕਾਤ ਚੜ ਗਈ ਕੀ ਤਾਹਾਂ ਚੜ ਗਈ ਹੋਰ ਕਿੱਥੇ ਚੜ ਗਈ ਲੈ ਪਾਣੀ ਪਾਦਣਾ ਬੱਠੜ ਚ ਫਿਰ ਸਾਰਾ ਪਾਈਪ ਚ ਪ ਗਿਆ ਉਹ ਬੱਠੜ ਚ ਪਾਦਣਾ ਪਾਣੀ ਹੁਣ ਕੀ ਕਰੇਗਾ ਹੁਣ ਕੀ ਕਰੇਗਾ ਨਾਲੇ ਸਿਲੰਡਰ ਮੁੱਕ ਗਈ ਹੁਣ ਸਿਲੰਡਰ ਤੇ ਪਾਦਣਾ ਪਾਣੀ ਕੀ ਪਤਾ ਚੱਲ ਪਏ ਮੇਰੇ ਸਾਲਿਆ ਪੋ ਮਾਗਾ ਹੈ ਮੈਂ ਤਾਂ ਵਿਆਹਾਂ ਜਾਂ ਚ ਦੇਖਦੀ ਹਲਵਾਈ ਪਵਾਂ ਵਿਆਹਾਂ ਚ ਦੇਖਦਾ ਮੈਂ ਹਾਟੀ ਦੇਖਾਂ ਮੈਂ ਰਾਮਿਆ ਬਲੱਡ ਨਾ ਵਦਾ ਮੇਰਾ ਕੱਚੇ ਬੰਦੇ ਦਾ ਕੰਮ ਨਹੀਂ ਹੁੰਦਾ ਇਹ ਅਸਲ ਤੇ ਕੁੱਤਾ ਤਾਂ ਮੈਂ ਜਿਹੜਾ ਤੈਨੂੰ ਇਹ ਜੇ ਕੰਮ ਚ ਲਾ ਲਿਆ ਤੂੰ ਫਿਰ ਹੁਣ ਕਰਦਾ ਕੀ ਆ ਤੂੰ ਇਹ ਤਾਂ ਪੱਕੇ ਬੰਦੇ ਦੇ ਕੰਮ ਹੁੰਦੇ ਨੇ ਹਾਂ ਤਾਂ ਹੋ ਪਰਾਂ ਤਾਂ ਸਾਰਾ ਨਸਕਾਨ ਕਰਕੇ ਧਰਤਾ ਸਿਲੰਡਰ ਮੁੱਕ ਗਈ ਹੁਣ ਕੀ ਚਾਗਦਾਗਾ ਫੇਰ ਹੁਣ ਤੂੰ ਫੋਨ ਕਿਨੂੰ ਆਉਣਾ ਬਈ ਫੋਨ ਨਾ ਲਾ ਕਿਸੇ ਨੂੰ ਇੱਥੇ ਕੋਈ ਸੀਆਈਡੀ ਕਰ ਦੂ ਵੀ दारू ਕਰ ਦੇਣਾ ਖੇਤ ਇਹਨੂੰ ਫੋਨ ਨੂੰ ਕੱਟ ਰੁਬੀਏ ਤਾਂ ਮੈਂ ਮੜਾ ਜਾ ਨਹੀਂ ਕਿਸੇ ਨੂੰ ਪ੍ਰਗਾਟ ਨੂੰ ਲਾ ਕੇ ਦੇਖ ਲੈ ਫੋਨ ਸਿਲੰਡਰ ਪੁੱਛ ਰਾ ਤੂੰ ਐ ਕਰ ਇਹਦੇ ਨੇ ਲੱਕੜਾ ਲੁੱਕੜਾ ਦੇਖ ਲੈ ਨਹੀਂ ਫਰਕ ਪਾ ਲਾ ਦਾਂਗੇ ਪ੍ਰਗਾਟ ਕੱਲਾ ਨਹੀਂ ਆਉਂਦਾ ਜੀਪਾ ਉਹਦੇ ਨਾਲ ਮੈਂ ਤੈਨੂੰ ਪਹਿਲਾਂ ਦੱਸਤੀ ਗੱਲ ਮੇਰੀ ਗੱਲ ਸੁਣ ਲੈ ਸਿਲੰਡਰ ਤਾਂ ਆ ਗਿਆ ਭੈਣ ਮਰਾਵੇ ਖੜਕੇ ਲੱਕੜਾ ਪਈਆਂ ਨੇ ਲੱਕੜਾ ਦੇਖ ਵੇਰ ਇੱਥੇ ਮੈਂ ਚੁੱਲਾ ਬਣਾਣਾ ਦੇਖਣਾ ਬੂਹਣਾ ਇਹਦਾ ਅਦਬ ਚਲੇ ਹੋ ਗਿਆ ਨਾ ਮਰਿਆ ਤਾ ਹੋਰ ਹੁਣ ਜੇ ਲੱਕੜਾ ਦੇਖ ਕੇ ਲੈ ਕੇ ਆ ਮੈਂ ਚੋਰ ਪਟਨਾ ਲੈ ਪਾਣੀ ਪਾ ਦੇ ਮੇਰੇ ਕਹੇ ਤੋਂ ਕੇਰਾ ਹਾਏ ਮੇਰਾ ਸਾਲਾ ਪਾਣੀ ਤੋਂ ਕੀ ਕਰਾਉਣਾ ਪਾ ਦੇ ਪਾ ਦੇ ਮੈਂ ਕਰਦਾ ਪਤਾ ਲੱਕੜਾ ਐਡਾ ਬੌਲਾ ਮੈਂ ਗੱਲ ਦੇਖ ਲਈ ਬਸ ਕੱਚੇ ਬੰਦ ਦਾ ਕੰਮ ਨਹੀਂ ਹੁੰਦਾ ਇਹੇ ਕੰਮ ਚ ਸਾਰਾ ਨਸਕਾਰ ਕਰਕੇ ਧਰਤਾ ਓਹੋ ਜਵਾਨਾਬਾਦ ਲਗਾ ਸੀਬੋ ਅੱਗੇ ਬਾਲਦ ਰਿਹੜੀ ਹੁੰਦੇ ਹੌਲੀ ਹੌਲੀ ਆਉਂਦੇ ਤੂੰ ਮੈਂ ਚੜਕੇ ਵੀ ਆ ਜਾਂਦੀਆਂ ਤੀਆਂ ਹੋ ਤਾਂ ਮੋਟਰਸਾਈਕਲਾਂ ਦੇ ਮਾਗਰ ਰੇੜੀਆਂ ਪਵਾਰਖੀਆਂ ਨੇ ਉਹਦੇ ਤੇ ਕੱਖ ਉਹਦੇ ਤੇ ਹੀ ਆਪ ਹਾਂ ਆ ਮਸਾ ਕਿਸੇ ਨਾ ਚੜ ਕੇ ਆਇਆ ਦੇਖਾਂ ਕਿੱਥੇ ਕਿ ਜੇ ਹੋਣਾ ਲੈ ਦੇਖ ਲੈ ਬੇੜੀ ਬੈਠੀ ਆਲਾ ਪਰ ਨਹੀਂ ਕਿੱਥੇ ਤਾਂ ਬੜਿਆ ਬੈਠਾ ਹੈ ਕਿੱਥੇ ਨਾ ਆਈ ਨਹੀਂ ਦੇਖਦਾ ਵਿਚਾਰਾ ਡੋਲੂਏ ਫੜ ਲਿਆ ਮੇ ਨਿੱਜ ਹੋਣਾ ਖਾਨੀ ਕਿੱਥੇ ਬੜ ਰਿਆ ਹੋਣਾ ਕਿੱਥੇ ਨਾ ਆ ਲੱਕੜਾਂ ਨਾਲ ਕੀ ਹੋ ਨਾ ਮੋਸਕਾ ਵੱਲਣਾ ਤਾਂ ਮੇਰਾ ਹਲਾ ਚਕਾ ਦਿੰਦਾ ਨਾ ਕੁੱਲ ਚੀਜ਼ ਚ ਕੁੱਲ ਚੀਜ਼ ਚਕਾਉਂਦਾ ਖੇਤੋਂ ਤਾਂ ਹੈ ਔਰ ਅੰਮਾ ਨਹੀਂ ਫਿਰਦਾ ਪਹਿਲਾਂ ਓ ਕਰਨਾਇਨ ਓ ਕਰਨਾਇਨ ਓ ਛੱਟ ਡਾਊਨ ਛੱਟ ਡਾਊਨ ਛੱਟ ਡਾਊਨ ਕੀ ਹੋਊਗਾ ਬਈ ਮੇਰਾ ਛੱਟ ਡਾਊਨ ਕਰ ਦੇ ਕੀ ਹੋ ਗਿਆ ਹੋ ਕੀ ਗਿਆ ਰੇਡ ਪੈ ਗਈ ਰੇਡ ਪੈ ਗਈ ਰੇਡ ਕਿਹੜਾ ਹੌਲਦਾਰ ਹੈ ਹੌਲਦਾਰ ਕਿਹੜਾ ਦੱਸ ਦੇ ਮੈਨੂੰ ਕੋਈ ਹੌਲਦਾਰ ਨਹੀਂ ਖੁਦ ਠਾਣੇਦਾਰ ਆ ਰਿਹਾ ਕੌਣ ਆ ਮੈਨੂੰ ਗੱਲ ਦੱਸ ਦੇ ਮੇਰੇ ਸਾਲਿਆ ਟੈਕ ਆ ਜੂ ਮੈਨੂੰ ਹੈ ਨਸੀਬੋ ਆ ਗਈ ਆਇਆ 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 ਨੰਮ ਨੇ ਦੱਸੋ ਕੀ ਕਰਦੇ ਜੁਰ ਦੋਨੇ ਜਾਣੇ ਖੜੇ ਕਰਨਾ ਕੀ ਆ ਬਸ ਕੱਖ ਜੇ ਕੱਟ ਕੇ ਹੱਟੇ ਸੀ ਮਾ ਪੈਰ ਧੋਲਾ ਚੱਲ ਹਾਂ ਅੱਛਾ ਜੁੱਤੀਆਂ ਸਮੇਂ ਤੁਸੀਂ ਕੱਖ ਕੱਢਦੇ ਤੇ ਮੈਨੂੰ ਸੱਚੀ ਕਹਿੰਦਾ ਦੱਸਦੇ ਕਰਦਾ ਕੀ ਜੁਰੇ ਜੁੱਤੇ ਤਾਂ ਮੈਂ ਤੋਂ ਕਹਤੇ ਸੁੱਕ ਨਹੀਂ ਪਾਤੀ ਸੀ ਹਾਂ ਕੋਈ ਹੋਰ ਗੱਲ ਐ ਮੈਥੋ ਲਕੋ ਨਾ ਸਹੀ ਸਹੀ ਦੱਸ ਦੇ ਨਿਉਰੇ ਰੌਲਾ ਪਾ ਦੂੰ ਮੈਂ ਲੈ 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 ਰੌਲਾ ਕਹਦਾ ਪਾਉਣਾ ਹੈ ਦੇਖ ਅਜ ਤਾਂ ਕੱਖ ਕੰਡਾ ਕੱਢਦੇ ਸੀ ਜੀਰੀ ਚੋਂ ਆ ਫੜਾਉ ਚਾਹ ਫੜਾਉ ਹਾਂ ਆਏ ਕਰ ਚਾਹੂ ਫੜਾ ਮੈਂ ਕੋਠਾ ਸੰਭਰੂਗੀ ਹੋਰ ਸੰਪਰਦਾ ਸੰਪਰਦਾ ਬਾਗ ਜਾਗਾ ਹਾਂ ਆਹ ਸੰਭਰਦਾ ਦੀ ਮੈਂ ਆ ਜਿੰਦਾ ਲੱਗ ਰਿਹਾ ਚਾਬੀ ਦਿਓ ਹਾਂ ਚਾਬੀ ਚਾਬੀ ਦਾ ਸੰਦੀਪ ਕੋਲੇ ਆ ਲੈ ਦੇਖ ਲੈ ਹਾਂ ਕੀ ਚੱਜ ਕਰਦੇ ਨੇ ਕਹਿੰਦੇ ਸੰਦੀਪ ਲੈ ਕੇ ਚਾਬੀ ਦਾ ਉਹ ਪ੍ਰਿੰਟਾਂ ਨੇ ਇੱਥੇ ਪ੍ਰਿੰਟਾਂ ਲੜ ਜਾਣਗੇ ਇਥੇ ਇਹਦੇ ਕਿਤੇ ਆਏ ਲੱਗਦਾ ਹੈ ਦਾਰੂ ਦੀ ਮੋਸ਼ਕਾਉਂਦੀ ਹੈ ਕੋਈ ਨਾ ਕੋਈ ਕਾਰਾ ਕਰ ਦੇਤੀ ਜਰੂਰ ਮੈਨੂੰ ਪਤਾ ਹੈ ਆ ਖੋਲੋ ਜਿੰਦਾ ਖੋਲੋ ਵੇ ਖੋਲ ਲੈ ਮੈਂ ਕਿ ਨਹੀਂ ਪਟ ਦੂੰਗਾ ਇਹਨੂੰ ਓਏ ਓਰੇ ਆ ਜਾ ਤੈਨੂੰ ਗੱਲ ਸਮਝਾਉਣਾ ਓਰੇ ਆ ਜਾ ਬਰੇ ਕੀ ਸਮਝਾਵੇਂਗਾ ਗੱਲ ਓਰੇ ਆ ਜਾ ਆ ਜਾ ਓਰੇ ਆ ਜਾ ਤੈਨੂੰ ਮੈਂ ਦੱਸਦਾ ਕਾਦੀ ਸੜੇ ਹਾਣ ਆਉਂਦੀ ਆ ਜਾ ਬੈਠੋ ਜੀ ਆਪਦੇ ਚਾਰ ਨਹੀਂ ਪਾਇਆ ਹੋਇਆ ਮੱਕੀ ਗਲਨ ਲੱਗੀ ਜਾਲਾ ਪੈ ਗਿਆ ਹੁਣ ਚਾਰ ਬਣੂਗਾ ਇੱਧਰ ਲਈ ਹਵਾ ਚਲਦੀ ਆ ਤਾਂ ਕਰਕੇ ਮੁਸਕਾਉਂਦਾ ਉਹਦਾ ਐ ਇੱਧਰ ਆਏ ਆਂ ਚਲਦੀ ਆ ਹਾਂ ਮੇਰੀ ਗੱਲ ਸੁਣ ਲੈ ਮੈਨੂੰ ਕਮਲੀ ਨਾ ਬਣਾ ਤੂੰ ਐ ਤਾਂ ਮੈਨੂੰ ਸਾਰਾ ਪਤਾ ਹੈ ਨਾ ਚਾਰ ਕੋਠਾਂ ਚ ਪੈਂਦਾ ਹੁੰਦਾ ਕਿ ਟੋਏ ਪਟਕੇ ਪੈਂਦਾ ਏ ਉਹ ਤਾਂ ਪੰਟ ਜੀ ਵੱਟ ਕੇ ਸੀ ਇਹਦੇ ਵਿੱਚ ਸੜਤੀ ਸੀ ਉਹਦੇ ਕੋਠੇ ਤੇ ਇੱਥੇ ਵੀ ਪਿਆ ਪੰਟਕ ਨਾ ਤੂੰ ਜਾਣਦੇ ਜਾਣਦੇ ਤੇਰੀ ਸ਼ਰਮ ਲੈ ਕੇ ਤੂੰ ਉਹੀ ਗੱਲ ਹੈ ਕਿ ਕੋਠਾਂ ਚ ਪੱਠੀਆਂ ਚੜਾਉਣਾ ਜਾਣਦੇ ਨਾ 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 ਮੇਰੀ ਗੱਲ ਸੁਣ ਲੈ ਬਾਈ ਇੱਕ ਦੋ ਪੀਂਦਾ ਹੁਣ ਇਹ ਤਾਂ ਰਾਮਾ ਲਿਆਉਂਦਾ ਪਉਆ ਕਿਤੇ ਤੁਰਦਾ ਫਿਰਦਾ ਮੈਂ ਹੁਣ ਅਗਲਾ ਹੂੰ ਚਾਰ ਸਵੇਰੇ ਕੋ ਫੇਰੇ ਗਲਪਾਉਣ ਨੂੰ ਫਿਰਦਾ ਨੂੰ ਤੁਸੀਂ ਜਾ ਪੀਓ ਇੱਥੇ ਬੈਠੋ ਮੈਨੂੰ ਤਾਂ ਜਾਦੀ ਰੋੜਨੀ ਮੈਨੂੰ ਤਾਂ ਪਹਿਲਾਂ ਉਥੋਂ ਪਤਾ ਲੱਗਣਾ ਚਾਹੀਦਾ ਜੈਨਬੋਤੇ ਹਾਈ ਕੀ ਨਾ ਤੂੰ ਪਹਿਲਾਂ ਤਾਂ ਮੈਨੂੰ ਐਂ ਦੱਸ ਤੂੰ ਦਪੜਿਆ ਤੂੰ ਫਿਰਦਿਆ ਤੋਰੀ ਹੈ ਤੇਰਾ ਕੋਈ ਗਾਟਾ ਲਾਜੂ ਇੱਥੇ ਲਾ ਦੇਣ ਦੇ ਤੂੰ ਕਿਹੜਾ ਘਰੇ ਗਾਟਾ ਨਹੀਂ ਲਾਉਂਦਾ ਪਰ ਸਿਆਪਾ ਮੁੱਕ ਜੂ ਤੇਰੇ ਨਾਲੋਂ ਨਾਲੇ ਸੀਆਈਡੀ ਆ ਮੈਂ ਲੈਣੋਂ ਹਟ ਜੂ ਜਿਹੜੇ ਤੁਹਾਡੇ ਮਾਗਰ ਮੁਕਦੇ ਲੈਣੀਆਂ ਲੈ ਫੜ ਚਾਹ ਪੀ ਲੈ ਲੈ ਚਾਹ ਪੀ ਲੈ ਮੇਰੀ ਗੱਲ ਸੁਣ ਲੈ ਰਾਮਿਆ ਹਾਂ ਮੈਂ ਚਾਹ ਪੀਣ ਨਹੀਂ ਆਈ ਖੇਤਾ ਹਾਂ ਚਾਬੀ ਦਿਓ ਮੈਂ ਜਿੰਦਾ ਖੋਲ ਕੇ ਕੋਠਾ ਸੰਭਰ ਕੇ ਘਰ ਨੂੰ ਜਾਵਾਂ ਚਾਬੀ ਤਾਂ ਨਹੀਂ ਫਿਰ ਮਿਲਦੀ ਨਾ ਚਾਬੀ ਸਾਡੇ ਕੋਲ ਹੈ ਚੱਲ ਚਾ ਤੂੰ ਪੀ ਲੈ ਕੋਈ ਨਾ ਪੀ ਲੈ ਤੂੰ ਪੀ ਲੈ ਨਾ ਨਾ ਮੈਂ ਨਹੀਂ ਜਾਬਿੰਦੀ ਤੈਨੂੰ ਕਿਹੜਾ ਕਹਿੰਦਾ ਇਹਦਾ ਮੈਨੂੰ ਕਹਿੰਦਾ ਮੈਂ ਨਹੀਂ ਇਹਨਾਂ ਦਾ ਚਾਹ ਪਾਣੀ ਪੀਂਦਾ ਇਹਨਾਂ ਦਾ ਮੇਰਾ ਥੜਾ ਨਹੀਂ ਪਤਾ ਕਿਹ ਦਵਾਈ ਨਾ ਪਾ ਦੇ ਹੋਰ ਜਮੀ ਨਹੀਂ ਖਾਂਦਾ ਅੱਗੇ ਤਾਂ ਸਾਡੇ ਘਰ ਦਾ ਚੱਲ ਕੋਈ ਨਾ ਕੋਈ ਨਾ ਕੋਈ ਨਹੀਂ ਨਹੀਂ ਹਾਂ ਭਈਆ ਫਿਰ ਆਪੇ ਆਪ ਭਈਆ ਚੱਕ ਚੱਲ ਚੱਲੀਏ ਘਰੇ ਆਪਾਂ ਹੁਣ ਮੈਂ ਤਾਂ ਘਰੇ ਜਾਂਦੀ ਨਹੀਂ ਮੈਂ ਤਾਂ ਕੋਠਾ ਸੰਭਰ ਕੇ ਜਾਊਂਗੀ। ਉਹ ਗੱਲ ਸੁਣ ਲੈ ਕਿਉਂ ਰੌਲਾ ਪਾਉਣੀਆ ਕਿਉਂ ਕੱਢਿਆ ਜਲੂਸ ਤੂੰ ਆਂਡੀ ਗਮਾਂਡੀ ਦੇਖਦੇ ਨੇਗੇ। ਕੋਠੇ ਦੀ ਚਾਬੀ ਤਾਂ ਸੰਦੀਪ ਕੋਲਿਆ ਨਾਲੇ ਕੋਠੇ ਤਾਂ ਸਿਣੀ ਵੜਦੇ ਜਾਣ ਕੇ ਕਿਉਂ ਨਹੀਂ ਵੜਦੇ ਪੁੱਛ ਸਟਾਰਟਰ ਖਰਾਬ ਹੋਇਆ ਪਿਆ ਤੇਲ ਵਾਲਾ ਸਟਾਰਟਰ ਆ ਲੈਟ ਆਈ ਹੋਈ ਆ ਜੇ ਫੜ ਗਏ ਉੱਤੇ ਪਜੂ ਤਤਾ ਤਤਾ ਤੇਲ ਤੇਰੇ ਬੜਾ ਮੱਚ ਜੂਗੀ ਤੇਰੇ ਘਰੋਂ ਲੈ ਜੂਗੀ ਸਿਆਪਾ ਮੁਕਜੂ ਰੋਜ ਦਾ ਕਲੇਸ ਹਾਂ ਠੀਕ ਹੈ ਜੀ ਕਾਹ ਨੂੰ ਉਹ ਐ ਨਹੀਂ ਕਹਿੰਦੇ ਹੁੰਦੇ ਵੀ ਜਿਹੜੇ ਜੁੱਤੀਆਂ ਦੇ ਭੂਤ ਹੁੰਦੇ ਨੇ ਉਹ ਬਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਰਦੇ ਆਹੀ ਗੱਲ ਆ ਬਕਰ ਉਹੀ ਗੱਲ ਐ ਚੱਲ ਚੱਲ ਮਰ ਜਣਵਾ ਗਲਾਸ ਮਾਰੂੰਗੀ ਚੱਕ ਕੇ ਲੱਗ ਮੂਰੇ ਥੋੜੇ ਲੱਗ ਚੱਲ ਚੱਲ ਹੋਰ ਸੱਟ ਮਾ ਉਹ ਗਲਾਸ ਤਾਂ ਚੱਲ ਕੇ ਨਾਲੇ ਲੱਗ ਮੂਰੇ ਨਾਲ ਨਾ ਲੱਗਾ ਸਿਆਪਾ ਜਾਨ ਨੂੰ ਚੱਲ ਚੱਲ ਫਿਰ ਨੌਂ ਕਰਦੀ ਫਿਰਦੀ ਐ ਸ਼ਾਦਾ ਤੁਰ ਪਾ ਤੁਰ ਪਾ ਹੁਣ ਕੀ ਕਰਾਂਗੇ ਤੂੰ ਆਜੀ ਫਿਰ ਤੁਰ 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 ਹਾਂ ਕਰਿਆ ਆਜੀ ਸਮਾਰ ਕੇ ਤੇ ਚਾੜ ਵੇ ਪਟਾਕੇ ਦੇ ਰੇੜੇ ਤੇ ਚੱਲ ਚੱਲ ਪਤਾ ਨਹੀਂ ਕਿੱਥੇ ਰੱਖਤਾ ਮੈਂ ਲੈ ਆਪ ਉਹ ਪਤੀਲੀ ਜੀ ਉਹਦੇ ਮੈਂ ਪਤ-ਪਤ ਕਰਕੇ ਭਾਲ ਲਈ ਮੈਨੂੰ ਪਤੀਲੀ ਨਾ ਦਿਖੀ ਹੁਣ ਇੱਥੇ ਪਈਆ ਚੱਕ-ਚੱਕ ਚੀਜ਼ਾਂ ਨਾ ਇੱਥੇ ਸਿੱਧ ਦਿੰਦਾ ਗਰਦੀਦਾ ਤੂੰ ਰੇ ਬੈਠੀ ਕੀ ਕਰਦੀ ਆ ਮੈਂ ਤਾਂ ਸਾਰੇ ਖਰਚ ਦੇਖ ਲਿਆ ਤੈਨੂੰ ਮੈਂ ਕੀ ਕਰਨਾ ਸੀ ਜੀ ਮੈਂ ਤਾਂ ਲਸਣ ਪਾਲੀਆ ਨਹੀਂ ਹਲੇ ਤੱਕ ਮੈਨੂੰ ਲਸਣ ਨਹੀਂ ਖਾਇਆ ਲਸਣ ਦਾ ਕਰਾਂ ਕੀ ਕੀ ਬੇ ਮੈਨੂੰ ਕਿਸੇ ਨੇ ਆਏ ਦੱਸਿਆ ਸੱਚ ਮੈਂ ਤਾਂ ਪੱਟੀ ਜੀ ਲਾਤੀ ਹੈ ਮੈਨੂੰ ਕਿਸੇ ਨੇ ਐਂ ਦੱਸਿਆਗਾ ਤੇ ਕਹਿੰਦੀ ਲਸਣ ਮੜ ਕੇ ਲਾ ਲ ਐਂ ਪੱਟੀ ਕਿੰਨੇ ਕ ਦਿਨ ਬੰਨ ਕੇ ਰਹੇਗੀ ਖੁਰਾ ਗਰਮੀ ਕਰਕੇ ਤੈਨੂੰ ਪਤਾ ਖੁਰਕ ਹੋਣ ਲੱਗੀ ਸੀ ਮੈਂ ਤਾਂ ਲਾਤੀ ਹੁਣ ਲਸਣ ਭੁੰਨ ਕੇ ਤੇਲ ਚ ਉਹ ਲਾਉਣਾ ਮੈਂ ਤਾਂ ਉਹ ਲੱਭੀ ਐਨੀ ਕਿੱਥੇ ਰੱਖਿਆ ਉਹ ਨਹੀਂ ਥਾਉਂਦਾ ਹੈਗਾ ਕਿੱਥੇ ਬੇਉਂਟਾ ਨਹੀਂ ਬੇਚਬੂਚਤਾ ਇਹ ਵੀ ਹੋ ਸਕਦਾ ਵੀ ਵੇਚਤਾ ਹੋਵੇ ਐਡਾ ਕਲਮੂਹਾ ਰੱਬਾ ਕਿੱਥੋਂ ਬਾਪਵਾਤਾ ਹੈ ਜੇ ਕਲਮੂਹੇ ਨਾਲ ਮੇਰਾ ਔੜਜੀ ਪੈਰੀ ਦੀ ਜਿੱਤੋ ਪੈਸਾ ਟਕਾ ਮੈਨੂੰ ਤੇ ਨਹੀਂ ਕੋਈ ਬੰਦਾ ਆ ਗਿਆ ਕਹਿੰਦਾ ਲਾਸਣ ਚਾਹੀਦਾ ਬਾ ਆ ਗਿਆ ਲਾਸਣ ਚਾਹੀਦਾ ਆਇ ਕਰ ਮੈਨੂੰ ਵੀ ਵੇਚ ਦੇ ਦਾਰੂ ਦਾ ਤੈਨੂੰ ਇੰਨਾ ਔੜ ਕਰ ਰਹਿਂਦਾ ਜੇ ਹਾਂ ਤੈਨੂੰ ਕੌਣ ਲਊਗਾ ਤੈਨੂੰ ਤਾਂ 10 ਰੁਪਏ ਵੀ ਨਹੀਂ ਕੋਈ ਲੈਂਦਾ ਹੁਣ ਫਿਰ ਨਾਰ ਲੱਭਾ ਇੱਥੇ ਨਹੀਂ ਥਿਆਰਿਆ ਮੈਨੂੰ ਕੀ ਕਰਾਂ ਹੁਣ ਕਰਨਾ ਕੀ ਹੈ ਜਦੋਂ ਹੈ ਹੀ ਨਹੀਂ ਲਾਸਣ ਹੈ ਹੀ ਨਹੀਂ ਨਾਲੇ ਹੋਰ ਹੈ ਨਾਲੇ ਮੇਰੀ ਗੱਲ ਸੁਣ ਚੀਜ਼ਾਂ ਜਿੰਨੀਆਂ ਹੋਈਆਂ ਚੱਕ ਕੇ ਉੱਤੇ ਮਾਰਦਾ ਫਿਰ ਦੱਸਣ ਵੇਲੇ ਦੱਸਦਾ ਵੀ ਨਹੀਂ ਉਹਦੇ ਤੇਨੂੰ 50 ਰੁਪਏ ਦੀ ਪਤੀਲੀ ਪੁੱਛ ਲਿਆ ਪਈ ਆ ਲੈ ਜੀਤੋ ਮੈਨੂੰ ਇਹ ਲੱਗਦਾ ਦੋ ਕ ਇਕੱਠੀਆਂ ਉਧਰ ਰਹੀਆਂ ਬੋਰੀ ਚੋਲੇ ਕੜ ਕੇ ਡੇਕੇ ਦੀ ਜਾਂ ਦੇ ਕੇ ਇੱਕ ਮਿੰਟ ਖੜ ਜਾ ਮੈਂ ਦੇਖ ਨਾਲੇ ਮੇਰੇ ਮਲਦੀ ਆਹੋ ਮਲਦੀ ਤੇਰੇ ਤਾਂ ਤੈਨੂੰ ਤਾਂ दारू ਦੇ ਦੇ ਉਹੀ ਬਹੁਤਾ ਹਾਂ ਫਿਰ ਤੂੰ ਨਹੀਂ ਆਇਆ ਕਰੀ 200 ਰੁਪਏ ਦੇ ਦੀ ਮੈਂ 200 ਦੀ दारू ਲਿਆਉਂਗਾ ਮੇਰੇ ਗੱਠੀ ਮਲਨ ਦੀ ਲੋੜ ਨਹੀਂ ਮੈਂ ਪੱਟੀ ਖੋਲ ਦੂੰਗਾ ਜੇ ਮਰਨਤ ਦੁਖਦੀ ਹੋਗੀ ਤਾਂ ਹੀ ਹੋਊਗਾ ਤੈਨੂੰ ਕੀ ਹੋਊਗਾ ਦੁੱਖ ਨਹੀਂ ਆਏਗਾ ਬਾਹ ਉੱਥੇ ਦਾ ਖੋਲ ਕੇ ਵਜਾ ਨਾ ਹੁਣ ਤੇਰੀ ਬਾਹ ਦੁਖਦੀ ਆ ਜੀਤੋ ਕੋਲ ਪਾਇਲਰ ਨਾਲੋਂ ਘਰ ਫਰਕ ਹੈ ਪਰ ਦੁੱਖ ਤਾਂ ਹੈਗਾ ਮਨ ਉਹ ਇਨੀ ਮੈਂ ਕਰਦਾ ਹੈਗਾ ਦੁਖਤਾ ਹੈਗਾ ਜੇ ਚੰਗਾ ਭਾਜਾ ਮਰ ਜਾ ਇਥੇ ਮੇਰਾ ਦਿਮਾਗ ਨਾ ਖਾਈ ਜਾ ਚੱਕ ਧਰ ਲਾ ਜਾ ਕੇ ਇਥੇ ਗਰਮੀ ਬਹੁਤ ਆ ਐਵੇਂ ਦਿਮਾਗ ਖਾਈ ਜਾਊਗਾ ਕਿਤਾ ਚੀਜ਼ਾਂ ਚੱਕ ਚੱਕ ਪਤਾ ਨਹੀਂ ਕਿੱਧਰ ਅਗਲਾ ਦਿੰਦਾ ਸੋ ਬੋਲੀ ਜਾਊਗਾ ਭਾਗ ਜਾ ਹੁਣ ਇਥੇ ਖੜਾ ਕੀ ਕਰਦਾ ਜਾਨਾ ਜਾਨਾ ਤੇਰੇ ਵਾਸਤੇ ਬਣਾ ਦੂੰਗਾ ਚਾ ਮੈਂ ਤਾਂ दारू ਨਾ ਵੀ ਸਾਰ ਲੂੰਗਾ ਕਰਦੀ ਸ਼ਰਾਬ ਹੋਵੇ ਨਾਜ਼ਰ ਬੈਠਾ ਮੰਜੇ ਉੱਤੇ ਬੜਿਆ ਨਵਾਬ ਹੋ ਵੀ ਵਿੱਜੜ ਗਿਆ ਵੇ ਜਨ ਚੰਗਾ ਸਦਾ ਸਾੜ ਲਈ ਵੀ ਹੀ ਦੇਖ ਲੈ ਪੱਕੀ ਨਹੀਂ ਕਰੀਆ ਸਾਰੀਆਂ ਵੀ ਹੀ ਸਸਰੀ ਘਾਲ ਜੀ ਵੇ ਮੈਨੂੰ ਲੱਗਦਾ ਅੱਜ ਤੂੰ ਵੀ ਪੁਆਏਗਾ ਬੜਾ ਮੈਂ ਤਾਂ ਠੀਕ ਆ ਇੰਨੇ ਪਿਆਰ ਨਾਲ ਬੋਲਦਾ ਵਿੱਚ ਤਾਂ ਕਦੇ ਵੀ ਨਹੀਂ ਸਿੱਧੇ ਮੂੰਹ ਬੋਲਿਆ ਖੁਸ਼ ਹੈ ਨਾ ਚਿੱਤ ਖੁਸ਼ ਅੱਜ ਕੀ ਗੱਲ ਵੇ ਕੀ ਹੋ ਗਿਆ ਪਹਿਲਾਂ ਤਾਂ ਹੋ ਆ ਗਈ ਕਲੋ ਜੀ ਕਰੇ ਚਾਪ ਆਣ ਮਰਾ ਵੇ ਬੱਕਰੀਆਂ ਸੰਭਲੂ ਹੋਰ ਨਹੀਂ ਚੱਲ ਵਧੀਆ ਗਈ ਸੈਂਭਰ ਸੁਮਰੀਏ ਦਾ ਕਰ ਲੂ ਹੋਰ ਕਰ ਤਾ ਤੀ ਮੀ ਜ਼ਰੂਰੀਆ ਹੋਰ ਹੁਣ ਦੂਜੀ ਗੱਲ ਆਇਆ ਤੂੰ ਚੁੰਨੀ ਨਾ ਮਾਈਜਿੰਗ ਕਰੀ ਫਿਰਦੀਆਂ ਕਮਲੀਆਂ ਇਹ ਤਾਂ ਦੇਖਿਆ ਹੀ ਨਹੀਂ ਸੀ ਹੁਣ ਦੇਖਿਆ ਚਲ ਇਹ ਨਹੀਂ ਗੱਲ ਛੋਟੇ ਕੰਮ ਦੀ ਗੱਲ ਦੱਸਾਂ ਹਾਂ ਤੀਜੀ ਖੁਸ਼ੀ ਇਹ ਆ ਹਾਂ ਕੌਰੀ ਨੇ ਜਲੂਸ ਕੱਢਤਾ ਸਾਡੇ ਵਾਲਿਆਂ ਦਾ ਕਰਨੈਲ ਉਹਨਾਂ ਦਾ ਲਓ ਇਹ ਆਇਆ ਹੋਗੀ ਗੱਲ ਹਾਂ ਮੈਂ ਨੂੰ ਨਸੁਫਾਰੀ ਦੇਤੀ ਇਹਨੇ ਆਪਣੇ ਸੰਦੀਪ ਨੇ ਅੱਛਾ ਕਹਿੰਦਾ ਤੂੰ ਰਾਮੇ ਨੂੰ ਮਾਰ ਦੇ ਕਹਿੰਦਾ ਤੇਰੇ ਜਵਾਖਾਂ ਮੈਂ ਪੜਾ ਦੂੰ ਲੈ ਹਰੇਕ ਘਰ ਖਾਤਰ ਫਿਰਦਾ 2 ਰੁਪਏ ਕਮਾਉਣ ਖਾਤਰ ਫਿਰਦਾ ਭਾਈ ਹੈਨਾ ਆਪਾਂ ਕਾਰੇ ਖਾਤਰ ਜਵਾਖਾਂ ਖਾਤਰ ਫਿਰਦੇ ਜਵਾਖਾਂ ਖਾਤਰ ਹਾਂ ਮਾ ਜਵਾਕ ਸਾਹਮਣੇ ਭੈਣ ਮਰਾਵੇ ਕਮਾਈ ਖੜ ਕੇ ਆਪਾਂ ਨੇ ਕੀ ਲੈਣਾ ਸਾਰੀ ਜ਼ਿੰਦਗੀ ਅੰਦਰ ਬਹਿ ਕੇ ਖਾ ਲਾਂਗੇ ਨਾਲੇ ਬਣਿਆ ਬਣਾਇਆ ਘਰ ਮਿਲ ਜੂ ਬਣਿਆ ਬਣਾਇਆ ਘਰ ਮਿਲ ਜੂ ਹਾਂ ਮੈਂ ਕਿਹਾ ਮੇਰੇ ਸਾਲ ਨੇ ਮੈਨੂੰ ਹੀ ਸਿੱਟ ਲਿਆ ਦੋਨਾਂ ਨੇ ਲੈ ਹੋਰ ਮੇਰਾ ਤਾਂ ਬਾਹੂ ਸ਼ਾਂਗ ਤੇ ਪਤਾ ਪਸਾ ਨਿਕਲ ਗਏ ਆ ਮਾੜੀ ਗੱਲ ਹੋਈ ਵੇ ਸੱਟ ਤਾਂ ਨਹੀਂ ਵੱਜੀ ਕਿਤੇ ਸੱਟ ਨਹੀਂ ਵੱਜੀ ਅੱਛਾ ਉੱਥੋਂ ਬਾਅਦ ਤੁਰਿਆ ਹੋਇਆ ਅੱਜ ਕੌੜੀ ਮਿਲ ਗਿਆ ਅੱਛਾ ਕੌੜੀ ਮੈਨੂੰ ਸਿੱਧੀ ਗਾਲ ਕੱਢੀ ਗੰਤੀ ਤੈਨੂੰ ਆਖਾ ਭਾਈ ਕੌੜੀ ਮੈਨੂੰ ਹੱਕ ਨਹੀਂ ਜਿਹਨੇ ਤੇਰੇ ਪੈਸੇ ਮਾਰੇ ਨੇ ਉਹਨੂੰ ਕਹੇ ਉਹਨੂੰ ਕਹੇ ਤਿੰਨ ਕਿਲੇ ਲਵਾਏ ਸੀ ਮੱਕੀ ਵਾਲੇ ਜੀਰੀ ਉਹਨਾਂ ਤੋਂ ਵਿਚਾਰਿਆਂ ਤੋਂ ਅੱਛਾ ਪੈਸੇ ਨਹੀਂ ਦਿੱਤੇ ਢੇੜੇ ਲਵਾਈ ਜਾਂ ਤੈਨੂੰ ਲਾ ਹਾਂ ਬਸ ਗੱਲ ਇੰਨੀ ਕੀ ਆ ਹੁਣ ਇੰਨਾ ਕੰਮ ਕਰਦੀ ਮੇਰਾ ਪਿੰਡ 'ਚ ਪਤਾ ਲੱਗਣਾ ਚਾਹੀਦਾ ਵੀ ਆ ਗੱਲ ਹੋ ਗਈ ਬਾਸ ਬਸ ਜਿੰਦਰਾ ਤਾਂ ਕਹਿਤਾ ਕੰਮ ਹੋ ਗਿਆ ਤੂੰ ਤਾਂ ਦੇਖ ਕਹੇਂ ਦੀ ਵੀ ਲੋੜ ਨਹੀਂ ਸੀ ਹਾਂ ਹਾਂ ਬਸ ਮਾੜਾ ਜਿਹਾ ਸੁਨੇਹਾ ਹੀ ਲਾ ਦਿੰਦਾ ਹਰ ਜਿਆ ਬਣਦਾ ਸੀ ਵੀ ਤੈਨੂੰ ਤਲਾਹ ਲਾ ਦੀ ਇੱਕੇ ਨਾ ਅੱਛਾ ਵੀ ਆਏ ਨਾ ਭਾਈ ਬੇਈਮਾਨਾਂ ਨੇ ਮੇਰੇ ਨਾਲ ਕਰੀ ਤੀ ਪਤਾ ਤਾਂ ਲੱਗੇ ਪਿੰਡ ਤੇ ਪਤਾ ਤਾਂ ਲੱਗਿਆ ਉਹੀ ਜਿਵੇਂ ਉਹ ਕਿਹਾ ਹੱਥ ਕਰ ਲਾ ਹੱਥ ਪਰ ਲਾ ਹਾਂ ਹਾਂ ਤੂੰ ਮੇਰੀ ਗੱਲ ਸੁਣ ਲੈ ਤਾਂ ਮੈਨੂੰ ਕਹਿਤਾ ਮਾਹ ਗੱਲ ਤਾਂ ਹਵਾ ਵਾਂਗੂ ਪਿੰਡ ਚ ਫੈਲ ਗਈ ਬਸ ਬਸ ਮਾੜਾ ਮੈਨੂੰ ਮੈਂ ਤੇਰੇ ਤੇ ਤਵਾਰੀ ਫੁੱਲਾਂ ਮੈਨੂੰ ਹਾਂ ਤਾਂ ਮੇਰੀ ਇਹ ਗੱਲ ਸੁਣ ਤੇ ਉਹ ਰਾਮੇ ਨੂੰ ਤਾਂ ਸਮਾਰ ਕੇ ਉਦਾ ਉਹਦਾ ਕੋਈ ਗੱਲ ਨਹੀਂ ਉਹਦਾ ਜਾੜ ਥੱਲੇ ਆਉਂਦੇ ਮੇਰੇ ਸਰਦਾ ਮੈਂ ਚਰੁੰਡਾ ਬਸ ਆਹੀ ਗੱਲ ਸੀ ਚੰਗਾ ਚਲ ਠੀਕ ਆ ਚੰਗਾ ਹੁਣ ਤੂੰ ਐ ਇੱਧਰ ਨੂੰ ਜਾ ਨਾ ਤੂੰ ਉਹ ਮੈਂ ਤਾਂ ਚੁੱਪ ਚੁੱਪ ਲੱਗੀ ਸੀ ਵੀ ਲੜਾਈ ਵਾਲੀ ਗੱਲ ਦੱਸਦੀ ਚੰਗਾ ਮੈਂ ਤਾਂ ਜਾਣੀ ਆ ਜਿਹੜਾ ਮਰਜੀ ਕਦੇ ਭਗ ਜਾ ਵੇ ਚੰਗਾ ਫੇਰ ਮਿਲਦੇ ਆ ਕਦੇ ਕਿੰਨਾ ਸੋਹਣਾ ਸੂਟ ਹੈ ਮੈਂ ਤੇਹੀ ਲੈ ਕੇ ਆ ਲੈ ਕਿਹਦੀ ਫੋਟੋ ਦੇਖੀ ਜਾਨੀ ਐ ਵੇ ਮੈਂ ਕਿਹਦੀ ਫੋਟੋ ਦੇਖਣੀ ਹੈ ਦੇਖੀ ਮੈਂ ਤਾਂ ਸੂਟ ਦੇਖਦੀ ਸੀ ਮੈਂ ਤਾਂ ਦੇਖ ਤਾ ਅਹੀ ਰਹਿ ਗਿਆ ਪੱਲੇ ਸੂਟ ਤੇਰੇ ਤੂੰ ਮੇਰੀ ਗੱਲ ਸੁਣ ਹਾਂ ਤੈਨੂੰ ਸ਼ਰਮ ਸ਼ਰਮ ਹੈ ਹੀ ਨਹੀਂ ਤੈਨੂੰ ਜ਼ਮੀਨ ਟੱਕ ਬੋਚਣੀ ਆਉਂਦੀ ਹੈ ਨਾ ਮੈਂ ਕੀ ਕਰਤਾ ਇਹ ਜਾ ਕਰਤਾ ਤੂੰ ਕੱਲ ਦਾ ਪਾਪਾ ਜੀ ਆਏ ਨੇ ਤਾਂ ਬੇਇੱਜ਼ਤੀ ਕਰਾ ਰੱਖੀਆ ਮੇਰੀਓ ਕੇ ਕਟਾਤਾ ਹੈ ਕਰਤਾ ਤੈਨੂੰ ਪਤਾ ਵੀ ਕੀ ਗੱਲ ਹੈ ਮੈਂ ਪੱਕਾ ਹੀ ਮਰੀ ਜਾਨੀ ਹੁੰਨੀ ਹੈ ਤੂੰ ਨਾ ਤੇਰੇ ਸ਼ੰਗ ਸ਼ਰਮ ਹੈਗੀ ਮਾੜੀ ਮੋਟੀ ਕੇ ਨਾ ਤੈਨੂੰ ਆਏ ਨਹੀਂ ਸ਼ਰਮ ਆਉਂਦੀ ਵੀ ਕਿੰਨੇ ਸਾਲਾਂ ਬਾਅਦ ਉਹ ਮਸਾਂ ਕਰੇ ਆਇਆ ਹੁਣ ਹੈ ਹੁਣ ਆ ਕੇ ਉਹਨੂੰ ਹੋਰ ਪੰਗਿਆਂ ਚ ਪਾ ਦੇ ਵੀ ਦੁਬਾਰੇ ਫਿਰ ਅੰਦਰ ਵਖਜੇ ਹੋ ਮੈਂ ਕਿ ਗੋਲੀ ਮਰਵਾਤੀ ਉਹਦੇ ਮਿਲਿਆ ਕਿ ਲਿਆ ਮੈਂ ਤਾਂ ਬਾਹਰੇ ਬੈਠ ਕੇ ਤੇ ਮਿਲ ਕੇ ਆ ਗਿਆ ਅੰਦਰ ਮੈਂ ਪਤੀਆ ਮੈਂ ਵਾਰੀ ਗੱਲ ਕਰੀਆ ਮੈਂ ਦੱਸ ਤੂੰ ਤਾਂ ਬਾਹਰ ਹੀ ਬੈਠਣਾ ਸੀ ਜੁੱਤੀਆਂ ਉਹਦੇ ਪਵਾਤੀਆਂ ਅੰਦਰ ਆਹ ਨੂੰ ਪਵਾਤੀਆਂ ਜੁੱਤੀਆਂ ਉਹਨਾਂ ਪਕਾਈ ਮਰੀ ਜਾਂ ਤ ਮੈਂ ਪਕਾਈ ਕਿਉਂ ਨਾ ਮਾਰਾਂ ਇਹ ਤਾਂ ਰਾਤ ਚ ਡੇ ਗਿਆ ਮੋਟਰਸਾਈਕਲ ਤੇ जान दिया मैं तने जान जे तू मेरे लवे नाच उठ बोलया कर सारा तन्न फिर मेनू ਛੱਡ ਜਾਦਾ ਗੁੱਸਾ ਛੱਡੇ ਸੀਨੀਅਰ ਨੇ ਇਹ ਮੈਂ ਤਾਂ ਸੋਚਿਆ ਸੀ ਹਲੇ ਵੀ ਇਹਨੂੰ ਮਰਜਾ ਪੜ ਲਿ ਜਾਉ ਸੀਨੀਅਰ ਹੋਊਗਾ ਤੇਰਾ ਬਾਪ ਐ ਹੋ ਮੇਰਾ ਮੰਨੂ ਬਣਿਆ ਸੀਨੀਅਰ ਦਾ ਮੰਨੂ ਉੱਥੇ ਉਹ ਮਨਾਉਣਗੇ ਚੇਅਰਮੈਨ ਮਹਾ ਉਦੋਂ ਨਾਲ ਕੋਈ ਮਾੜਾ ਮोटा ਉਹਦਾ ਦਬਾ ਦੂੰ ਮੈਨੂੰ ਮੈਂ ਲੋੜ ਨਹੀਂ ਸੈਣਾ ਬੰਦਾ ਨਾਲ ਜ਼ਰੂਰੀ ਐ ਤੇ ਲੋੜ ਨਹੀਂ ਤੇਰੇ ਵਾਲੇ ਆਉਦਿਆਂ ਦੀ ਆਪਦੇ ਲਵੀ ਰੱਖ ਤੂੰ ਹੀ ਬਣ ਜਾਜੇ ਕੁਛ ਬਣਿਆ ਜਾਂਦਾ ਜਾ ਕੇ ਮੋਟਾ ਕੁਛ ਬਣਨ ਨਹੀਂ ਦਿੰਦੀ ਮਨੂੰ ਤੂੰ ਤਾਂ ਐ ਕਹਿੰਦੀ ਆ ਵੀ ਘਰੇ ਰਹੇ ਤੂੰ ਤਾਂ ਫੋਕੀ ਹਵਾ ਜੋਗਾ ਉਹ ਨਹੀਂ ਕਹਿੰਦੇ ਹੁੰਦੇ ਸਿਆਣੇ ਮੇਲੇ 'ਚ ਚੱਕੀ ਡਾਉਣੇ ਨੂੰ ਕੋਈ ਨਹੀਂ ਭੁੱਜਦਾ ਮੈਂ ਜੇ ਮਾਈਕਾ ਤੋਂ ਨਹੀਂ ਵੀ ਕਰੇ ਕੂੜੀਆਂ ਪਾ ਕੇ ਬੈਠੂ ਮੈਂ ਤੈਨੂੰ ਦੱਸਾਂ ਤੂੰ ਤਾਂ ਕਿਤੇ ਗਾਹਾਂ ਨਾਲ ਟੱਪ ਜੇ ਚੂੜੀਆਂ ਦੀ ਦਰਜਿੰਦਾ ਤੱਕ ਤੋ ਸਰੀ ਨਹੀਂ ਹੈਗੀ ਤੂੰ ਮੇਰੀ ਗੱਲ ਇੱਕ ਸੁਣ ਲੈ ਤੈਨੂੰ ਲੋੜ ਨਹੀਂ ਤੂੰ ਕਹੀ ਜਾਣੀ ਆ ਵੀ ਕਟਾਕੇ ਲੈਤਾ ਮੈਂ ਤੈਨੂੰ ਕਹੀ ਜਾਣਾ ਵੀ ਉਤਾ ਕੱਲ੍ਹ ਸੀਂ ਨਮੋੜ ਤੋਂ ਪੂਆ ਲੈ ਲੈ ਆਉਂਦੇ ਹੋਇਆ ਨੇ ਪੂਆ ਲੈ ਆਇਆ ਅਸੀਂ ਪਾਣੀ ਹੈ ਨਹੀਂ ਤੇ ਐਂ ਪੀ ਗਏ ਇੱਕ ਇੱਕ ਪਾਈ ਗਾ ਹੋਰ ਉਹ ਮੋਟਰਸਾਈਕਲ ਤੇ ਉਹਨੇ ਮੋਟਰਸਾਈਕਲ ਤੋਂ ਡਿੱਗ ਪਏ ਪਪਾ ਜੀ ਦੇ ਹੱਥ ਲਾਜੂ ਕੋਈ ਮੇਰੇ ਹੁੰਦੇ। ਅੱਛਾ ਪੂਏ ਨਾਲ ਦੋਨੇ ਡਿੱਗੇ ਹੈ। ਉਹ ਤੇਜ਼ਤੀ ਉਹ ਹੋ ਤੈਨੂੰ ਕੀ ਪਤਾ ਹੈ? ਮੀਤਾ ਪੈਂਦੇ ਨਹੀਂ ਹੁਣ ਦਾਰੂ ਵੀ ਤੇਜ਼ ਹੋਈ ਪਈਆ ਹੁਣ। ਆ ਮੈਨੂੰ ਕਾਹਦਾ ਪਤਾ ਹੈਗਾ। ਮੈਂ ਤਾਂ ਕਿਤੇ ਹੋਰ ਰਹਿਣੀ ਆ। ਤੇਰੇ ਨਾਲ ਹੀ ਰਹਿਣੀ ਆ ਕਿੰਨੇ ਸਾਲ ਹੋ ਗਏ ਤੇਰਾ ਸਾਰਾ ਭੇਤ ਹੈ ਮੈਨੂੰ। ਪਪਾ ਜੀ ਮੂਰੇ ਇੱਜਤ ਨਾ ਖਰਾਬ ਕਰ ਮੇਰਾ ਨਾਮ ਬਣਿਆ ਹੋਇਆ ਆਪਣਾ ਮੂਰੇ ਫਿਨੀਅਰ ਨਹੀਂ ਮੈਂ ਤੈਨੂੰ ਮੈਂ ਟਾਲੀ ਜਾਣਾ ਤੂੰ ਕੁੱਟ ਖਾਏਂਗੀ ਮੈਂ ਤੈਨੂੰ ਦੱਸਾਂ। ਮੇਰੀ ਗੱਲ ਸੁਣ ਜੇ ਆਹੀ ਪੁੱਠੇ ਜੇ ਕੰਮ ਕਰਨੇ ਨੇ ਨਾ ਮੈਂ ਤਾਂ ਐਂ ਬੇਇੱਜ਼ਤੀ ਕਰੂੰਗੀ ਤਰਕੇ। ਹਾਂ ਕੋਪੜੀ ਫੇਰ ਹਾਂ ਆਈ ਬੋਲੂਗੀ ਮੈਂ ਤਾਂ ਪਾਪੇ ਨੇ ਕਈ ਤਾਂ ਕੰਡੇ ਚੱਕ ਦੀ ਕਿਤੇ ਐ ਨਾ ਰਈ ਜੀ ਵੀ ਖਾਣੀ ਮੇਰੇ ਪਾਪਾ ਜੇ ਹੋਣੇ ਬਚਾ ਲੈਣਗੇ ਇਹ ਗੱਲ ਤੈਨੂੰ ਮੈਂ ਵੀ ਕਹਿਨੀ ਆ ਵੀ ਕਿਤੇ ਪਾਪੇ ਦੀ ਆਉਦੇ ਵਿੱਚ ਆ ਕੇ ਨਾ ਵੀ ਕਿਤੇ ਕਹਦੇ ਮੈਨੂੰ ਕਿਹੜਾ ਇਹਨੇ ਕੁਝ ਕਹਿਣਾ ਉਹੀ ਨਾ ਗਰਦਨ ਜੀ ਲਾ ਲਈ ਮਥੋਂ ਗਰਦਨ ਲਾਉਣ ਵਾਲੇ ਤਾਂ ਮਰਗੇ ਤੂੰ ਚਾਹ ਬਣਾ ਨਹੀਂ ਮਥੋਂ ਦੁੱਤੀਆਂ ਖਾਂਗੇ ਮੂੰਹ ਮਰ ਮਰ ਰੱਖੜੇ ਮੂੰਹ ਰੰਗ ਦੂੰ ਮੈਂ ਚਾਹ ਬਣਾ ਲਿਓ ਨੀ ਆ ਲੌਂਗ ਇਲਾਇਚੀ ਵਾਲੀ ਮੇਰੇ ਲਈ ਪੀ ਫੇਰ ਉਹ ਚਾਹ ਪਾਪਾ ਜੀ ਵਾਸਤੇ ਬਣਾਉਣੀ ਆ ਮੈਨੂੰ ਕਿੱਥੇ ਬਣਾ ਤੂੰ ਕਹਾ ਵਗ ਜਾ ਜਦੋਂ ਪਾਪਾ ਜੀ ਕਹਿਣਗੇ ਮੈਂ ਬਣਾ ਦੂੰਗਾ ਚਾਹ ਜਾਂਦਾ ਮੈਂ ਤੈਨੂੰ ਦੱਸਾਂ ਮੈਂ ਟਾਲੀ ਜਾਂਣਾ ਬੇ ਤੂੰ ਜਾਣੇ ਕਿ ਨਾ ਸੁਣਦੀ ਨਹੀਂ ਹੈਗਾ ਜਾਂਨਾ ਮੈਂ ਚਾਹ ਬਣਾ ਦੇ ਬਣਾ ਦੇ ਇਹਨੂੰ ਕੌਫੀ ਸਰਤੀ ਕੱਜੀ ਜਾਂਦਾ ਕਮਾਲ ਹੋਈ ਪਈ ਤੇਰੇ ਵਾਲੀ ਜਮੀ ਬਣਿਆ ਪਾਪਾ ਜੀ ਦਾ ਉਹ ਜਾਂ ਪਾਪਾ ਜੀ ਹੋ ਗਿਆ ਉਹ ਜਾਂ ਤੂੰ ਐ ਦੋ ਰਾਲ ਕੇ ਇੱਕੋ ਜੇ ਓਹੋ ਨੂੰ ਪੋਤੇ ਦੇ ਅੰਦਰ ਤਾਂ ਇੱਕ ਲਾਈਟ ਵਗ ਗਈ ਸਾਹ ਨਹੀਂ ਆਉਂਦਾ ਅੱਗ ਲੱਗੀ ਪਈ ਐ ਜਮੀ ਦੁਪਹਿਰੇ ਕੋਈ ਬਾਹਰ ਵੀ ਨਿਕਲਦੇ ਧੁੱਪੋ ਖੜੀ ਐ ਬਹੁਤ ਜ਼ਿਆਦੇ ਸਤਿ ਸ੍ਰੀ ਅਕਾਲ ਤਾਈ ਵੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਓ ਠੀਕ ਐ ਤਾਈ ਠੀਕ ਠਾਕ ਵਧੀਆ ਤੂੰ ਦੱਸ ਨੰਬਰ ਤਾਂਂ ਦਰੀਆ ਭਲਾ ਨਾ ਹੈ ਨਹੀਂ ਬੁੱਤੋ ਤਾਂ ਖੇਤ ਵਾਗਿਆ ਖੇਤ ਵਾਗਿਆ ਹਾਂ ਕੱਖ ਕੁਖ ਕੱਢਦੇ ਨੇ ਮੈਨੂੰ ਲੱਗਦਾ ਹੁਣੀ ਗਿਆ ਅੱਛਾ ਚੱਲ ਮੈਂ ਖੇਤ ਹੀ ਮਿਲਣਾ ਮੈਨੂੰ ਕੰਮ ਤੇ ਥੋੜਾ ਜਿਆ ਵੇ ਉਰੇ ਆ ਬਹਿ ਜਾ ਕਰ ਦੋ ਘੜੀ ਤਾਈ ਕੋਲੇ ਵੀ ਬਹਿ ਲਿਆ ਕਰ ਕਦੇ ਕਿਵੇਂ ਉਰੇ ਬੈਡਗੀ ਤਾਈ ਵੇ ਮੈਂ ਤਾਂ ਤੈਨੂੰ ਐਂ ਕਹਿੰਦੀ ਦੀ ਹਾਂ ਆ ਥੋੜੇ ਦਿਨ ਹੋ ਗਏ ਤੇਰਾ ਸੌਹਰਾ ਫਿਰਦਾ ਦੀ ਮੋਟਰਸਾਈਕਲ ਰੋੜ ਹੀ ਜਾਵੇ ਤੇਲ ਮਕਾਰ ਰੱਖਿਆ ਉਹਦਾ ਮਲੰਗਾ ਤਾਈ ਉਹ ਤਾਂ ਐਂ ਫਿਰਦਾ ਰਹਿੰਦਾ ਪਈ ਮੈਂ ਤੇ ਲੱਭ ਰਹੀ ਹਾਂ ਤੇ ਉੱਥੇ ਡੀਪੂ ਚ ਸੇਲ ਆ ਰਹੀ ਸੀ ਹਾਂ ਤੇ ਉਹਦੇ ਕੋਲੇ ਕੱਪੜੇ ਲੈਣ ਅੱਛਾ ਵੀ ਚੱਲ ਸੂਟ ਜੇ ਦੇਖ ਲਈਏ ਗਰਮੀ ਵਾਲੇ ਆਹੋ ਭਈ ਸਾਨੂੰ ਤਾਂ ਉੱਥੇ ਰੋਕ ਲਿਆ ਉਹਨੇ ਫੇਰ ਕਹਿੰਦਾ ਕਿ ਪੁੱਛਣ ਜੇ ਲੱਗਿਆ ਕਿ ਸਾਡੀ ਰਿਸ਼ਤੇਦਾਰੀ ਔਰੇ ਦੱਸਣ ਲੱਗਾ ਤਾਂ ਮਲੰਗ ਜੇ ਬੰਦੇ ਨੇ ਜੀ ਐ ਜੇ ਨੇ ਉਹ ਮੈਂ ਪੁੱਛ ਲਵਾਂ ਭਈ ਕੀ ਦੇ ਕਿ ਨਹੀਂ ਰਿਸ਼ਤੇਦਾਰੀ ਹੈ ਹਾਂ ਆ ਕੇ ਕਰਨਾਇਲ ਕੇ ਅੱਛਾ ਮੈਂ ਕਿਹਾ ਖਬਰਦਾਰ ਹੋ ਜੀ ਮਖਾ ਹਾਂ ਵੱਧ ਘੱਟ ਬੋਲਿਆ ਤਾਂ ਵਧੀਆ ਕਰਿਆ ਤਾਂ ਜਾਬਾਂ ਤੇ ਲਉਣੀ ਸੀ ਮੁੱਕੀ ਭਈ ਮੈਂ ਤਾਂ ਬਾਲੀ ਝਾੜਿਆ ਮੈਂ ਉਹ ਤਾਂ ਸਾਡੇ ਸਕੇ ਨੇਗੇ ਹੋਰ ਹੁਣ ਵਧੀਆ ਕਰਿਆ ਤਾਂ ਇਤ ਹੋਰ ਤੁਸੀਂ ਤਾਂ ਆਪਣੇ ਘਰ ਦੇ ਬੰਦਿਆਂ ਨਹੀਂ ਤਾਂ ਮੈਂ ਚਾਹ ਪਾਣੀ ਵੀ ਪਿਆ ਦਿੰਦੀ ਘਰੇ ਲੈ ਕੇ ਜਦੋਂ ਸੋਡੀਓ ਵੱਡ ਵੀ ਕਰਨ ਲਗਾ ਮੈਂ ਸਾਡਾ ਕੀ ਲੱਗਦਾ ਤੈਨੂੰ ਕਾਨੂੰ ਤਾਂ ਹੀ ਹੈ ਇਹੇ ਜੇ ਬੰਦੇ ਨੂੰ ਕਾਨੂੰ ਘਰੇ ਬਾੜਨਾ ਹੈ ਉਹਦਾ ਮਲੰਗ ਬੰਦਾ ਹੀ ਤੁਰਿਆ ਫਿਰਦਾ ਰਹਿੰਦਾ ਹੈ ਤੀਮੀਆਂ ਤੋਂ 70 ਖਾਂਦਾ ਫਿਰਦਾ ਰਹਿੰਦਾ ਹੈ ਨਕਲੀ ਬਦਮਾਸ਼ ਹੈ ਓਡਾ ਹੈ ਨਹੀਂ ਜੱਡਾ ਬਣ ਜਾਂਦਾ ਬਣ ਜਾਂਦਾ ਉਹ ਤਾਂ ਭਾਈ ਦੇਖ ਕੇ ਹੀ ਲੱਗਦਾ ਸੀ ਸ਼ਕਲ ਤੋਂ ਵੀ ਜਮੀ ਬੇਕਾਰ ਬੰਦਾ ਹੈ ਉਹਦਾ ਹੈ ਨਹੀਂ ਕੰਮ ਦੇ ਬੰਦੇ ਹੋਰ ਕਿੱਥੋਂ ਮਹਾਂ ਬਾਹ ਪੈ ਗਈ ਸੋਡੀਓ ਉਹਦਾ ਕੱਟਣਾ ਪੈਂਦਾ ਹੈ ਹੋਰ ਅਰੇ ਚਾਹ ਪਾਣੀ ਬਣਾਉਣੀ ਨਾ ਮੈਂ ਬਸ ਤਾਈ ਮੈਂ ਫੋਨ ਕਰ ਲੂ ਨਹੀਂ ਉੱਥੀ ਬਗ ਜੂਮਬਰ ਤੇ ਕੋਲੇ ਚੰਗਾ ਭਾਈ ਚੰਗਾ ਨਾ ਮੇਰੀ ਗੱਲ ਸੁਣ ਲੈ ਕੋਈ ਚੱਜ ਦਾ ਕੰਮ ਕਰ ਲੈ ਚੱਜ ਦਾ ਕਿਉਂ ਤੂੰ ਸਾਡਾ ਬੋਦਾ ਉੱਚਾ ਕਰੇਗਾ ਪਿੰਡ 'ਚ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਉੱਥੇ ਕੋਠਿਆਂ ਜਾ ਕੇ ਕੀ ਕੰਮ ਕਰਦਾ ਹੈ ਪੱਠੀਆਂ ਚੜਾਉਣਾ ਮਾੜਾ ਮੋਟਾ ਦਾ ਦੇਖ ਲੈ ਬੈ ਜਾ ਬੈਠੀ ਨਾ ਪੌਂਕੀ ਜਾਨੀਆਂ ਕੁੱਤਿਆਂ ਮੰਗੂ ਦੇਖ ਲੈ ਹਾਂ ਤਾਂ ਮੈਨੂੰ ਕੁੱਤਿਆਂ ਮੰਗੂ ਪੌਂਕਰੀ ਦੱਸਦਾ ਕੋਈ ਨਹੀਂ ਜਿੱਦੇ ਫਸ ਗਿਆ ਨਾ ਮਾਂ ਦੇ ਪੁੱਤਾਂ ਪੇਸਿਆਂ ਹੋਣੀ ਭੁਗਤੀਆਂ ਜਾਣੀਆਂ ਲਾਈ ਜਾਂ ਕਚੈਰੀਆਂ ਦੇ ਘੇੜੇ ਪੌਂਕਣਾ ਠੇਕੇ ਤੇ 200 ਦੀ ਬੋਤਲ ਆਉਂਦੀ ਆ ਇੱਥੇ ਮੇਰੇ ਸਾਧਾ ਜੇ 1000 ਦਾ ਗੁੜ ਲਿਆਉਣੇ ਤਿੰਨ ਚਾਰ ਮਹੀਨੇ ਲੱਗ ਜਾਂਦੇ ਨੇ ਨਾਲੇ ਗੋਲੀਆਂ ਵਾਲੀ ਮਿਲਦੀ ਉੱਥੋਂ ਤਾਂ ਇੱਥੇ ਆਪਦੀ ਬਣਾ ਕੇ ਤਾਕਤ ਵਾਲੀਆਂ ਚੀਜ਼ਾਂ ਪਾ ਕੇ ਤਾਰੂ ਥੋੜੀ ਐ ਤਾਂ ਦਬਾ ਬਣਦੀ ਆ ਦਬਾ ਬੇ ਜਾਣ ਦੇ ਕੱਟੀਆਂ ਦਾ ਭਾਂਗਾ ਨਾ ਬੱਛੀਆਂ ਚ ਨਿਕਲ ਜੂ ਜਾਣ ਦੇ ਜੇ ਕੇਸ ਪੈ ਗਿਆ ਨਾ ਉਹੀ ਗੱਲ ਆ ਕਿ ਦਾਰੂ ਦਾ ਸਿਰੋਂ ਨਹੀਂ ਲੈਣਾ ਲੱਖਾਂ ਰੁਪਈਆ ਲੱਗ ਜੂ ਸੜਾ ਕਿਤੇ ਆਏ ਆਏ ਕੀ ਹੋ ਜਾਂਦਾ ਹੈ ਕਿ ਹੁਣ ਮੇਰੇ ਤੀ ਫਿਰਦਾ ਅਗਲਾ ਹੈ ਪੜ ਦੇ ਨਾਲ ਤਾਂ ਸੌ ਕੁਸ ਹੋ ਜਾਂਦਾ ਹੁੰਦਾ ਮਾਰੀ ਜੰਨੀਆਂ ਗੱਲਾਂ ਹੈ ਕੱਲਾ ਕੱਢਦਾ ਮੈਂ ਹੈ ਚੰਗਾ ਜੇ ਕੱਲਾ ਨਹੀਂ ਖੜਦਾ ਉਥੇ ਮੁਸਕਾ ਨਹੀਂ ਆਉਂਦੀਆਂ ਖੇਤ ਚ ਫਿਰ ਘਰੇ ਮਰ ਜਾ ਨੀਰੇ ਵਾਲੇ ਮਰ ਜਾ ਕਰ ਮੁਸਕਾ ਦਾ ਤੂੰ ਲੈ ਨਹੀਂ ਫਿਰਦੀ ਐ ਕਿਵੇਂ ਫਿਰਦੀਆਂ ਦੁਪਹਿਰਾਂ ਚ ਰੇੜਿਆਂ ਤੇ ਚੜੀ ਤੂੰ ਹੈ ਕਰ ਨਹੀਂ ਪਿਆ ਜਾਂਦਾ ਟਿੱਕੇ ਤੇ ਤੋਂ ਕਿਉਂ ਮੁਸਕਾ ਲਮਾਣਾ ਮੇਰਾ ਹੱਕ ਨਹੀਂ ਮੜ ਤੇਰੇ ਮਗਰ ਜਾਣਦਾ ਵੀ ਤੂੰ ਕੀ ਕਰਤੂਤ ਕਰਦਾ ਕੀ ਨਹੀਂ ਕਰਦਾ ਓਹੋ ਕੀ ਹੋ ਗਿਆ ਮੰਮੀ ਜੀ ਕੁਝ ਨਹੀਂ ਹੋਇਆ ਭਾਈ ਕੁਝ ਨਹੀਂ ਹੋਇਆ ਤਾਂ ਤੈਨੂੰ ਆਪ ਪਤਾ ਤਾਂ ਹੈਗਾ ਆਤਾ ਹੈਗੀ ਦੀ ਥੋੜੀ ਜਿਆਦਾ ਤਾਂ ਨਾ ਆਤਾ ਹੈਗੀ ਆ ਹਾਂ ਹੋਰ ਬਾਬਾ ਜੀ ਮੈਂ ਤਾਂ ਪੈਸੇ ਮੈਨੂੰ ਬਿਠਾ ਤਾਂ ਮਾਹ ਪਤਾ ਨਹੀਂ ਕੀ ਹੋ ਗਿਆ ਚੱਲ ਮੰਮੀ ਅੰਦਰ ਚਲੀ ਜਾ ਚੱਲ ਚੱਲਦੀਆਂ ਫਿਰ ਚੱਲ ਜਲੂਸ ਕੱਢਣ ਜਾਣਦੀ ਆ ਬੱਸ ਕੱਢਣ ਜਾਣਦੀਆਂ ਕਿੱਥੇ ਕਿੱਥੇ ਤੇਰੇ ਪਰਦੇ ਰੱਖਾਂ ਜਾਣ ਦੇ ਚੌਰਿਆ ਟੱਕ ਲਿਆ ਕਰੋ ਤੇ ਪਰਦਿਆਂ ਨੂੰ ਰਹਿਣ ਦੇ ਤੂੰ ਨਾ ਮੇਰਾ ਮੂੰਹ ਖਲਾ ਮੈਂ ਤੈਨ ਦੱਸਾਂ ਜਾਣ ਦੇ ਹੋਰ ਮੰਮੀ ਤੁਸੀਂ ਮੇਰੀ ਗੱਲ ਸੁਣ ਲੋ ਜਦੋਂ ਸੰਦੀਪ ਹੁੰਦਾ ਘਰੇ ਉਹਦਾ ਲੜ ਲਿਆ ਕਰੋ ਭਈ ਮੈਥੋਂ ਨਹੀਂ ਹਟਾਏ ਜਾਂਦੇ ਚਾਲੰਦਰ ਆ ਜਾ ਇਹ ਕਿ ਤੂੰ ਤਾਂਹੀ ਜੀ ਹੈ ਲੈ ਜਾ ਲੈ ਜਾ ਭਈ ਇਹਦਾ ਮੈਂ ਸਿਰ ਪਾੜ ਦੂੰ ਮਾਰ ਕੇ ਖੁੰਡਾ ਸਿਰ ਪਾੜ ਦੂੰ ਇਹਦਾ ਮੈਂ ਹਾਂ ਇਹ ਤੀ ਮਿੰਨੇ ਮੇਰੇ ਹੱਥੋਂ ਮਰਨਾ ਮੈਂ ਬਾਟਰੀਆਂ ਨਾ ਟਾਲ ਮੈਂ ਕਹਿੰਦਾ ਕਾਣੂ ਕਾਣੂ ਚੱਕਣੀ ਆਪ ਨੂੰ ਪਊਗੀ ਪਰ ਇਹ ਨਹੀਂ ਟਲਦੀ ਹੈਗੀ ਅੱਜ ਨਹੀਂ ਤਾਂ ਕੱਲ ਤੇਰਾ ਟੂਕੜਾ ਟੁੱਟੂਗਾ ਮੇਰੇ ਹੱਥੋਂ ਤੈਨੂੰ ਮੈਂ ਦੱਸਦੀ ਗੱਲ ਹਾਂ ਕੀਦਾ ਆ ਗਿਆ ਫੋਨ ਹਾਂ ਹੈਲੋ ਕਰਦਾਣ ਬੋਲਦਾ ਮੈਂ ਹਾਂ 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 ਫੂ ਤਾਂ ਕੀਤਾ ਸੀਗਾ ਫੂ ਤਾਂ ਮੈਂ ਆਇਆ ਕਰਿਆ ਸੀ ਮੈਂ ਸਿਲੰਡਰ ਪਈਆ ਕੀ ਕੋਈ ਸਿਲੰਡਰ ਮੁੱਕ ਗਈ ਆਪਣੀ ਉਹ ਕਰਨ ਨੂੰ ਕਿਹੜਾ ਵਿਆਹ ਧਰਿਆ ਖੇਤ ਸਮਾਨਾਂ ਆ ਬਣਾਉਂਦੀ ਸੀ ਹੋਰ ਉਹ ਢੋਲੀ ਅੱਧੀ ਸੀਗੀ ਪਤਾ ਨਹੀਂ ਭਾਈ ਰਾਮੇ ਦੇ ਕੰਮ ਨੇ ਯਾਰ ਘਰੋਂ ਲੈ ਗਿਆ ਚੱਕ ਕੇ ਮਿਲ ਆਗਾ ਖਾਲੀ ਲੈ ਗਿਆ ਉਹ ਤਾਂ ਚੱਕ ਕੇ ਉਹ ਤਾਂ ਹਜੇ ਪੈਣੀ ਲੱਗੀ ਸੀ ਦਾਰੂ ਤਾਂ ਹੋ ਢੋਲੀ ਮੁੱਕ ਗਈ ਢੋਲੀ ਚਾਹੀਦੀ ਆਪਾਂ ਨੂੰ ਮੇਰੀ ਗੱਲ ਸੁਣ ਆਥ ਨੇ ਅਸੀਂ ਖਾਲੀ ਢੋਲੀ ਧਰ ਜਾਗੇ ਪਰ ਹੀ ਹੋਈ ਲੈ ਜਾਗੇ ਮੈਂ ਜਲਦ ਕਾਂਤੀ ਆਉਣਾ ਤੇਰੇ ਕੋਲ ਆ ਗਿਆ ਮੈਂ ਚੰਗਾ ਫੋਨ ਕੱਟ ਦੇ ਇਧਰੋਂ ਕੱਟ ਦੇ ਕੱਟ ਤਾਂ ਕੱਟ ਤਾਂ ਹੋ ਹੋ ਕਿੰਨੀ ਗਰਮੀ ਐ ਮੰਜਾੜਾ ਹੁਣ ਥਾਂ ਨੂੰ ਛੱਡਿਆ ਮਰ ਜਾਣੇ ਨੇ ਪਹਿਲਾਂ ਤਾਂ ਗੱਗੇ ਦੀ ਗੱਡੀ ਮੰਗੀ ਰੱਖੀ ਇੱਥੇ ਮਹੀਨਾ ਖੜਾ ਕੇ ਰੱਖੀ ਆਹ ਬਰਾਂ ਨੇ ਕਿਹੜੀ ਪੇਪੜ ਲਾ ਲਈ ਹੁਣ ਏਰੀ ਛੱਡ ਕੇ ਆਉਂਦਾ ਬੇੜੀ ਬੈਠੀ ਆ ਲਿਆ ਮੰਜਾੜਾ ਹੁਣ ਥਾਂ ਦਾ ਮੈਨੂੰ ਛੱਡ ਦਿੰਦਾ ਅੰਦਰ ਦਾ ਨਹੀਂ ਆ ਕੇ ਲਾਈਟ ਲਾਉਣ ਦਿੰਦਾ ਕਿ ਜੇ ਨੂੰ ਕੰਜਰਾ ਦੁਖੀ ਕਰ ਲਈ ਮੈਂ ਤਾਂ ਇਹਨਾਂ ਨੇ ਪੱਖਾ ਵੀ ਨਹੀਂ ਲਾਉਣ ਦਾ ਕਹਿੰਦਾ ਬਿਲ ਬੰਦਾਉ ਵੇੜੀ ਬੈਠੀ ਆਲਾ ਗੱਡੀ ਦੇ ਥਾਣੇ ਵਾਲੇ ਦੱਸਣਗੇ ਤੇ ਦੇ ਸੰਮਣ ਤੌਰ ਤੇ ਹਾਂ ਕੀ ਪਤਾ ਕਿਹਦੀਆਂ ਚੋਰੀਆਂ ਲਿਆ ਕੇ ਖੜਾਈਆਂ ਨੇ ਵੇ ਚੰਗਾ ਵੇੜੀ ਬੈਠੀ ਆਲਾ ਹੋਰੀ ਉਜੜੇ ਖੜਾ ਚ ਪਾਣੀ ਪਾਈ ਜਾਂਦਾ ਹੈ ਹੈ ਆਈ ਨਹੀਂ ਦੇਖਦਾ ਵੀ ਘਰੇ ਕੀ ਖੁਸ਼ਬੂ ਆ ਜਾਂਦਾ ਹੈ ਕਿਵੇਂ ਮਾਹੌਲ ਪਖਿਆ ਪਿਆ ਹੈ ਬਲੱਡ ਵਧਿਆ ਪਿਆ ਇਨੋ ਪਿਆ ਮੈਂ ਇਨੋ ਮੇਰੀ ਗੱਲ ਸੁਣ ਲੈ ਮੇਰੇ ਤਾਂ ਇਨੋ ਹਾਜਮ ਨਹੀਂ ਆਉਂਦੀ ਨਾ ਇਸ ਘਰ ਚ ਤਾਂ ਤੈਨੂੰ ਪਤਾ ਬਲੱਡ ਵਧੀ ਰਹੇ ਨੇ ਠੰਡੇ ਕਰ ਰਹੇ ਨੇ ਅਸੀਂ ਰੱਤਾ ਪੇ ਦੱਤਾ ਪਿਆ ਹਾਂ ਵੇ ਤੂੰ ਕਿੱਥੇ ਗਿਆ ਸੀ ਮੈਂ ਇਹਦਾ ਮੈਂ ਇਹਦਾ ਸੈਕਟਰੀ ਕੋਲ ਆਇਆ ਸੱਚ ਕੀ ਦੱਸਾਂ ਉਹ ਆ ਗਈ ਪੂਤਨੀ ਆ ਗਈ ਸੈਕਟਰੀ ਕੋਲ ਆਇਆ ਨਰੇਗਾ ਚੋਂ ਨਾਂ ਕੱਟਤਾ ਅਗਲੇ ਨੇ ਬੂ ਐ ਕਿਵੇਂ ਕੱਟਤਾ ਪੂ ਕਿਉਂ ਕੱਟੂ ਗਈ ਅਗਲਾ ਜਦੋਂ ਜਾਣਦੀ ਤਾਂ ਹੀ ਨਹੀਂ ਫਿਰ ਨਾਂ ਤਾਂ ਲਿਖਾਇਆ ਜੀਦਾ ਇਹ ਤਾਂ ਜਿਹੜਾ ਪਰ ਆਪਣਾ ਪਰ ਪਲੇਨ ਹੋਇਆ ਸੀ ਆਪਣਾ ਵੋਟਾਂ ਵਾਲਾ ਆਹੋ ਸਰਪੰਚ ਸਾਡੂ ᱛੀ ਮੇਰਾ ਹੂੰ ਉਸ ਪਿੰਡ ਵੇ ਆਇਆ ਉਹ ਵੀ ਅੱਛਾ ਚਲ ਉਹ ਪਈ ਛਾਲੀ ਦੀ ਰੱਖ ਲੰਦਾ ਤੀ ਠੀਕ ਐ ਉਦੋਂ ਹੋਰ ਹਿਸਾਬ ਕਿਤਾਬ ਤੀ ਨਹੀਂ ਸਖਤਾਈ ਨਹੀਂ ਤੀ ਹਾਏ ਘਰੇ ਬੈਠੀ ਦੀ ਹਾਜ਼ਰੀ ਪਾਉਂਦਾ ਅੱਛਾ ਇਹ ਮੇਰੇ ਸਲੇ ਦੀ ਗਿੱਜਕੀ ਤਾ ਅਇਦ ਕੀ ਬੰਦਾ ਦੂਜਾ ਹੈਗਾ ਹਏ ਤਾਂ ਆਪਣੇ ਧਰਤੀ ਪਰ ਉਹ ਕਹਿੰਦਾ ਭਾਈ ਸਖਤਾਈ ਹੋਗੀ ਮਾਂ ਹੱਕ ਵੀ ਨਹੀਂ ਹੈਗਾ ਭਾਈ ਗਲਤ ਗੱਲ ਹੈ ਕਿਹੜੇ ਕਾਨੂੰਨ ਚ ਲਿਖਿਆ ਵੀ ਘਰੇ ਬੈਠੇ ਬੰਦੇ ਦੀ ਹਾਜ਼ਰੀ ਪਵੇ ਹਾਂ ਕੰਮ ਕਰੇ ਬੰਦਾ ਰੁਪਏ ਲਵੇ ਯਾਰ ਢਾਂਗ ਵਰਗੇ ਹੈ ਗੱਲ ਤਾਂ ਸੱਚੀ ਹੈ ਸਾਰੀ ਨੀ ਕੰਮ ਕਰਦੇ ਨੇ ਇਦਾਂ ਇਹਨੇ ਸਾਲੇ ਦੀ ਕਰਦੀ ਆ ਵੱਡੀ ਸਾਲੀ ਦੀ ਰੀਸ ਹਜੇ ਤਾਂ ਮੈਨੂੰ ਮਹਿਣਾ ਮਾਰਤਾ ਜਿੰਦਰਾ ਤੇਰੀ ਵੱਡੀ ਸਾਲੀ ਪਈ ਬਹੁਤ ਕੰਮ ਕਰਦੀ ਐ ਉਹਦਾ ਭਾਈ ਕਰਨੀ ਆ ਘਰ ਬੰਦੀ ਆ ਉਹ ਤਾਂ ਅਗਲੀ ਉਹ ਤਾਂ ਉਹ 4 ਵਜੇ ਉੱਠ ਕੇ 10 ਘਰਾਂ ਦੇ ਜਾਂਦੀ ਆ ਗੋਹਾ ਕੁੜਾ ਕਰਨ। ਦੇਖਣਾ ਹੀ ਆ ਪੜੇ। ਇਹ ਉਹ ਪਈ ਆ ਕੇ ਸਖਰ ਦੁਪਹਿਰੇ ਮਸ਼ੀਨ ਡਾਉਂਦੀ ਆ। ਉਹ ਤਾਂ ਮੈਨੂੰ ਦੱਸਦੀ ਦੀ ਕਹਿੰਦੀ ਬਾਈ ਮੈਂ ਤਾਂ ਇੱਕ ਸੂਟ ਦਾ 2300 ਲੈਣੀ ਆ। 2600 ਰੁਪਿਆ 600 ਹੁੰਦਾ ਮੇਰੀ ਤਾਂ। ਡੱਬੇ ਚ ਪਾਣ ਦੀ ਆ। ਹਾਂ ਡੱਬਾ ਲਾਇਆ ਹੋਇਆ। ਦੇਖ ਲੈ। ਹਾਂ ਕਹਿੰਦੀ ਮੈਂ ਤਾਂ ਬਈ ਜਵਾਕ ਪੜਾਉਣੇ ਨੇ। ਮੈਂ ਤਾਂ ਤੂੰ ਤਾਂ ਪੜਾਉਣੇ ਨੇ। ਇਹ ਮੇਰੇ ਸਲੇ ਦੀ ਇਹਨਾਂ ਨੂੰ ਗਲਤ ਕੰਮਾਂ ਤੇ ਲਾਉ। ਇਹਦਾ ਬਈ ਜਦੋਂ ਕੋਈ ਪੜ੍ਹਾਈ ਲਿਖਾਈ ਨਾ ਮਿਲੀ ਤਾਂ ਗਲਤ ਕੰਮਾਂ ਤੇ ਲੱਗਣਗੇ। ਹੋਰ ਹੁਣ ਲੱਗਣਗੇ। ਇਹੋ ਇੰ ਜਾਂਦੀ ਹੀ ਨਹੀਂ ਦੇਖਦਾ ਜਬਰਦੀ ਵੀ ਇਹਦਾ ਰੱਖਾ ਦਾ ਕੰਮ ਦਾ ਤੋੜਦੀ ਨਹੀਂ ਇਹਦਾ ਬਸ ਹੁਣ ਮੈਂ ਨਰਕ ਭੋਗ ਰਿਆਂ ਕੀ ਦੱਸਾਂ ਮੈਂ ਇਹਦਾ ਜਵਾੜੇ ਤੇ ਖਾਉ ਮੈਥੋਂ ਹੈ ਬੇ ਜਵਾੜੇ ਤੇ ਖਾ ਕੇ ਕਿਹੜਾ ਸੁਧਰ ਜੂਗੀ ਬਾਜੇ ਬੰਦੇ ਤਾਂ ਇਹੇ ਜੇ ਹੁੰਦੇ ਨੇ ਕਿੰਨੇ ਮਰਜੀ ਖਾਉ ਸਰੇ ਖਾਈ ਜਾ ਲਾਈ ਜਾ ਉਹ ਤਾਂ ਉੱਥੇ ਹੀ ਰਹਿਣਗੇ ਸਰਦਾਰ ਨਦੀਂ ਦਾ ਸਰਦਾਰ ਜੀ ਤੂੰ ਗੱਲ ਨਾ ਛੇੜ ਜਿੰਦ ਰਾਜ ਅੱਜ ਤਾਂ ਹੀ ਤਾਂ ਮੇਰਾ ਪਾਰਾ ਹਾਈ ਹੋਇਆ ਪੀਗਾ ਕੀ ਗੱਲ ਹੋ ਗਈ ਮੈਂ ਗਈ ਖੇਤ ਹੈ ਚਾਹ ਲੈ ਕੇ ਹੈ ਮੇਰੇ ਜਾਂਦੀ ਨੂੰ ਰਾਮੇ ਨੇ ਨਾਲੇ ਉਹਨੇ ਮੈਨੂੰ ਤਾਂ ਐਂ ਲੱਗਦਾ ਵੀ ਕੋਠੇ ਦੇ ਵਿੱਚ ਪੱਠੀ ਝੜਾ ਰੱਖੀ ਤੀ ਜਿੰਦਾ ਹੀ ਨਾ ਖੋਲਣਾ ਮੈਂ ਕਹਾ ਭਾਈ ਮੈਂ ਕੋਠਾ ਸੰਭਰ ਕੇ ਜਾਉਂਗੀ ਕਿੰਨੇ ਜਰਮਾ ਕਰਵਾਇਆ ਖੇਤ ਆ ਖੇਤ ਹੈ ਜੋੜੀ ਹੈ ਹਾਂ ਖੇਤ ਹੈ ਜੋੜੀ ਅਸਿਆ ਤਾਂ ਮੇਰਾ ਸਾਲਾ ਕੋਈ ਮਾਰ ਮਾਰ ਗਿਆ ਅੰਬੋ ਫੇਰਾ ਦੇਖ ਲੈ ਪਤਾ ਨਹੀਂ ਭਾਈ ਕੀ ਤਾਂ ਕਰਦੇ ਤੇ ਜਿੰਦਰਾ ਕੀ ਨਾ ਮੈਨੂੰ ਕਹਿੰਦੀ ਚਾਬੀ ਤਾਂ ਸੰਦੀਪ ਕੋਲੇ ਆ ਮੈਂ ਤਾਂ ਭਾਈ ਉਹਨਾਂ ਨੇ ਆ ਵਟ ਹੋਈ ਦਿੱਤੀ ਹੈ ਨਾ ਨਾ ਚਾਬੀਆਂ ਸੰਦੀਪ ਕੋਲੇ ਕਿੱਥੇ ਨੇ ਇਹ ਤਾਂ ਤੈਨੂੰ ਨਹੀਂ ਪਤਾ ਇਹ ਤਾਂ ਆਏ ਹਫਤੇ ਨਵਾਂ ਜਿੰਦਾ ਲਾਉਂਦੇ ਨੇ ਜਿੰਦਾ ਵੀ ਉਹ ਲਿਆਉਣਗੇ ਜਿਹਦੀਆਂ ਤਿੰਨ ਚਾਬੀਆਂ ਹੋਣ ਇੱਕ ਤਾਂ ਇਹ ਆਪਦੇ ਹਸਾਫੇ ਨਾ ਬੰਨ ਕੇ ਰੱਖਦਾ ਇੱਕ ਇਹਦੀ ਦੂਜੀ ਜਨਾਨੀ ਕੋਲੇ ਹੁੰਦਾ ਰਾਮੇ ਕੋਲੇ ਹੈ ਤੇ ਇੱਕ ਚਾਬੀ ਇਹ ਦੱਬ ਕੇ ਰੱਖਦੇ ਨੇ ਮੈਨੂੰ ਨਹੀਂ ਦੱਸਦੇ ਮੈਨੂੰ ਤਾਂ ਬਈ ਜਦੋਂ ਕੋਈ ਲੋਡ ਪੈਂਦੀ ਆ ਕੋਈ ਸਟਾਰਟਰ ਜਾ ਆਪਣਾ ਮੋਟਰ ਚਲਾਉਣੀ ਆ ਕੋਈ ਆਟੋਮੈਟਿਕ ਲਾਉਣਾ ਮੈਂ ਤਾਂ ਉਦੋਂ ਚਾਬੀ ਚਾਹਦਾ ਮੈਨੂੰ ਕੀ ਪਤਾ ਚਾਬੀ ਦਾ ਬੇਜਿੰਦਰਾ ਤੈਨੂੰ ਕੀ ਕਹਿੰਦੇ ਮੈਨੂੰ ਕਹੇ ਸਾਡੇ ਕੋਲ ਚਾਬੀ ਹੈ ਨਹੀਂ ਬੇ ਮੈਂ ਬਾਣੇ ਵਾਲੇ ਜੋਜਨ ਲਾ ਲੇ ਪਰ ਮੈਨੂੰ ਇਹਨਾਂ ਨੇ ਚਾਬੀ ਨਹੀਂ ਦਿੱਤੀ ਜਿੰਦਰਾ ਮੈਂ ਤਾਂ ਐ ਲੱਗਦਾ ਬੇ ਜੇ ਸਾਡੇ ਘਰ ਤੇ ਛਾਪਾ ਪੈ ਗਿਆ ਕਿਸੇ ਨੇ ਚੁਗਲੀ ਕਰਤੀ ਬੇ ਸਾਡੇ ਘਰ ਦਾ ਕੀ ਬਣੂਗਾ ਬੇ ਮੈਂ ਤਾਂ ਮਸਾ ਬੰਨਿਆ ਪਰ ਇਹ ਕੰਜਰ ਸਮਝਦਾ ਨਹੀਂ ਮੈਂ ਕੀ ਕਰਾਂ ਸਮਝਦੀ ਤਾਂ ਪਉ ਤੂੰ ਨਹੀਂ ਬੌਲੀ ਤਾਂ ਤੂੰ ਹੀ ਫਿਰਦੀਆਂ ਛਾਪੇ ਨੂੰ ਇਸ ਘਰੇ ਹੈ ਕੀ ਛਾਪੇ ਤਾਂ ਮੇਰੇ ਸਲੇ ਰਾਮੇ ਦੇ ਘਰੇ ਪਜਣੇ ਚ ਸਾਰੀ ਧਾਰੂ ਤਾਂ ਉੱਥੇ ਢੋਤੀ ਇਹਨਾਂ ਨੇ ਮਾਲ ਤਾਂ ਉੱਥੇ ਜਮ੍ਹਾਂ ਕਰ ਲਿਆ ਆ ਜਿਹੜਾ ਉਹ ਬਿਜ਼ਨਸ ਤੋੜਿਆ ਹੋਇਆ ਇਹਨਾਂ ਦਾ ਅਗੇ ਸਾਂਪਾਂ ਮੁੰਦੀਆਂ ਪਾਉਂਦੇ ਨੇ ਉੱਥੇ ਦੱਬ ਕੇ ਹੁੰਦੇ ਨੇ ਸਾਰਾ ਕੁਝ ਲੈ ਲੈ ਪੜਤਾਲ ਕਰ ਲਾ ਹਾਂ ਮੈਂ ਕਿੱਥੋਂ ਪੜਤਾਲ ਕਰ ਲਾ ਮੈਂ ਤਾਂ ਡਾਂਗ ਚੱਕ ਲੈਂਦਾ ਉਹਦੀ ਹਾਂ ਮੇਰੀ ਗੱਲ ਸੁਣ ਬਈ ਇੱਥੇ ਜੇ ਆ ਗਿਆ ਫੇਰ ਲੜੂ ਵੀ ਬਰੋਬਰ ਬੈਠਾ ਮੈਂ ਤਾਂ ਕੋਈ ਪਾਤੀ ਸਨ ਨਹੀਂ ਸੁਣੀ ਹੈ ਸਨੀ ਸੋਨੀ ਕਿਹੜਾ ਪਾਵੇ ਨਾ ਕਿੱਥੇ ਤੈਨੂੰ ਪਤਾ ਤਾਂ ਰਹਿ ਗਿਆ ਜੇ ਘਰ ਆਊਗਾ ਚੌਰਾ ਫੇਰ ਸਨੀਆਂ ਰੜਾਉ ਹਾਂ ਹੱਥ ਨੇ ਭਾਲ ਦੇਨੇ ਮਲਾਈ ਵਾਲਾ ਚੱਲ ਮੈਂ ਪਾਉਣਾ ਸਨਨੀ ਤੂੰ ਚਾਹ ਚੂ ਬਣਾ ਦੇ ਭੈਣ ਮਰਾਵੇ ਅੱਜ ਦੇਖਦੀ ਜਾਦੂ ਬਣਦਾ ਕੀ ਐ ਇਰਾਮਾ ਪੱਟੂ ਘਰ ਇਹ ਐਂ ਦੇਖ ਲਿਓ ਲੈ ਇਹਦੇ ਜਿਵੇਂ ਹੱਥ ਜਿਹਾ ਮਾਰ ਇਹਦੇ ਮਾਂ ਤੜਕੇ ਰਕੇ ਸੇ ਨੱਥੇ ਨਹੀਂ ਮਾਰਿਆ ਚ ਆਂ ਹੀ ਰੱਖ ਰੱਖੀ ਨਾ ਮੰਮੀ ਆਖੇ ਤੇ ਯਾਰੀ ਕਿਹੜੀ ਗੱਲ ਕਰੀ ਜਾਂਦੇ ਤੁਸੀਂ ਦੇਖ ਲੈ ਕੀ ਗੱਲ ਤੂੰ ਇਹੀ ਸੋਆ ਬੋਆ ਲੈਂਦੀ ਰਹਿੰਦੀ ਐ ਹੈ ਤੂੰ ਐਂਟਰੀ ਬੁਲਾ ਮੇਗੀ ਆਂਬ ਲੈਣੇ ਤਾਂ ਖੇਤਾਂ ਦੀ ਗੱਲ ਤੋਂ ਲੈ ਹੁਣ ਮੈਂ ਵੀ ਦੱਸ ਕਰਦੀ ਜੀਂਆਂ ਮੈਨੂੰ ਪਤਾ ਹੋਣਾ ਚਾਹੀਦਾ ਵੀ ਕੀ ਗੱਲ ਹੋ ਰਹੀ ਆ ਕਰੇ ਸਾਡੀ ਤੀਵੀ ਆਦਮੀ ਦੀ 100 ਗੱਲ ਐ ਤੈਨੂੰ ਸਾਰੀਆਂ ਦੱਸ ਕੇ ਸਾਡਾ ਟਾਈਮ ਕਿਵੇਂ ਲੰਘੂ ਮੰਮੀ ਮੈਨੂੰ ਥੋੜਾ ਬੋਤਾ ਹੀ ਸੁਣਾ ਤੂੰ ਦੱਸ ਦੇ ਕੀ ਗੱਲ ਕਰ ਰਹੇ ਸੀਗੇ ਕੋਈ ਗੱਲ ਨਹੀਂ ਧੀ ਮੇਰੀ ਗੱਲ ਸੁਣ ਲੈ ਆ ਤੜਕੇ ਸੂਟ ਮਾਰਦੇ ਨੇ ਤੇ ਹੁਣ ਫੇਰ ਬਦਲ ਲਿਆ ਐਨੀ ਕਿੰਨੀ ਗਰਮੀ ਆ ਤੈਨੂੰ ਮੰਮੀ ਕੀ ਦੱਸਾਂ ਮੈਨੂੰ ਤਾਂ ਬਾਲੀ ਗਰਮੀ ਆਉਂਦੀ ਆ ਮੈਂ ਤਾਂ ਏਸੀ 'ਚ ਵੀ ਦੇਖਿਆ ਚਿਪਚਿਪ ਕਰਨ ਲੱਗ ਜਾਂਦਾ ਮੂੰਹ ਪਈਦਾ ਨਹੀਂ ਮਾਣੋ ਸਾਰਾ ਦਿਨ ਤੂੰ ਐਸੇ ਹੀ ਨਿਬੰਦ ਕਰਦੀ ਹੈਂ ਅਹੀਂ ਅੰਦਰ ਪਈ ਰਹਿਣੀ ਹੈ ਐਂ ਤੈਨੂੰ ਮੁੜਕਾ ਕਿੱਥੋਂ ਦੀ ਆ ਜਣਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਤੇਰੀ ਭਾਈ ਮੇਰੀ ਗੱਲ ਸੁਣ ਲੈ ਹੈ ਸਰਫ ਕਿੰਨੀ ਮਹਿੰਗੀ ਹੋਈ ਹੈ ਕਦੇ ਪੁੱਛਿਆ ਹੈ ਲਾਈਟ ਦਾ ਬਿੱਲ ਭਰਦਿਆਂ ਰੋਜ਼ ਆ ਪਾਣੀ ਫਜ਼ੂਲ ਡੋਲ ਜਾਨੀ ਹੈ ਬਿੰਦ ਕਮਗਰੋਂ ਭਰ ਲਈ ਟੈਂਕੀ ਭਰ ਲਈ ਟੈਂਕੀ ਲਾ ਭੇਗ ਗਿਆ ਜਮ ਨਾਲੀ ਆ ਤੂੰ ਨੰਦ ਦੋਂਦੀ ਵੀ ਨਹੀਂ ਹੈਗੀ ਗੱਲ ਮਾਦਲਾਂ ਕਰਦੀ ਆਲੇ ਮੇਰੇ ਨਾਲ ਕੀ ਹੋ ਗਿਆ ਫਿਰ ਉਹੀ ਸਿਰੇ ਸਿਰ ਚੜੀ ਜਾਨੀ ਹੈ ਜ ਨਾਲੀ ਮੈਂ ਤੂੰ ਹੀ ਵਾਦੂ ਹੈ ਮੇਰੇ ਨਾਲ ਤਿੰਨ ਵਾਰੀ ਨਾਲਿਆ ਕਰ ਹੱਦ ਹੋਈ ਪਈ ਹੈ ਉਜੜਣਾ ਭਾਈ ਇਸ ਕਰਨੇ ਉਜੜਣਾ ਇਹ ਨਹੀਂ ਵਸਦਾ ਮੈਂ ਕਿੱਥੇ ਇੱਕ ਤੱਕ ਵਸਾਉਂ ਸੀ ਬੋ ਕਿੱਥੇ ਇੱਕ ਤੱਕ ਤੂੰ ਕਿਰਸਾਂ ਕਰੇਂਗੀ ਕਹਾਂ ਲਾਜ ਵੀ ਗੰਦੀ ਹੋਗੀ ਉਹ ਤਾਂ ਹੈਗਾ ਹੀ ਟੀ ਕੰਜਰ